ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ, ਜੋ ਵੀ ਸਾਧ ਸੰਗਤ ਬਾਹਰ ਤੁਰ ਫਿਰ ਰਹੇ ਹੈ, ਕੰਟੀਨਾਂ 'ਤੇ ਘੁੰਮ ਰਹੇ ਹੋ ਤੁਸੀਂ, ਤਾਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਚਾਹ ਪਾਣੀ ਲੈ ਕੇ ਰਫਾ ਹਾਜਤਾਂ ਪੂਰੀਆਂ ਕਰਦੇ ਹੋਏ ਜਲਦੀ ਤੋਂ ਜਲਦੀ ਸ਼ੈੱਡਾਂ ਦੇ ਥੱਲੇ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜੀ, ਤਾਂ ਜੋ ਕਿ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਹੀਨਾ ਸਾਡੇ ਵਾਸਤੇ, ਬਹੁਤ ਹੀ ਖੁਸ਼ੀਆਂ ਭਰਿਆ ਮਹੀਨਾ ਅਪ੍ਰੈਲ ਮਹੀਨਾ। ਅਪ੍ਰੈਲ ਮਹੀਨੇ ਦੀ ਖੁਸ਼ੀ ਦੇ ਵਿੱਚ ਜੋ ਅੱਜ ਆਪਾਂ ਸਥਾਪਨਾ ਦਿਵਸ ਭੰਡਾਰਾ ਸਾਰੀ ਸਾਧ ਸੰਗਤ ਬੜੇ ਧੂਮਧਾਮ ਨਾਲ ਮਨਾ ਰਹੀ ਹੈ, ਤਾਂ ਉਹਦੀ ਆਪਾਂ ਜੋ ਕਾਰਵਾਈ ਸ਼ੁਰੂ ਕਰਨ ਜਾ ਰਹੇ ਹਾਂ ਕੁਛ ਹੀ ਪਲਾਂ ਦੇ ਵਿੱਚ, ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੋਬਾਈਲ ਫੋਨ ਜਮ੍ਹਾਂ ਕਰਾ ਕੇ ਕੋਈ ਵੀ ਭੈਣ ਹੈ, ਭਾਈ, ਬੱਚਾ, ਬਜ਼ੁਰਗ ਆਪਣਾ ਮੋਬਾਈਲ ਫੋਨ ਬਾਹਰ ਬੱਸਾਂ ਲੱਗੀਆਂ ਵੀ ਹੈ ਉਹ ਬੱਸਾਂ ਦੇ ਵਿੱਚ ਜਮ੍ਹਾਂ ਕਰਾ ਕੇ ਜਲਦੀ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜੀ। ਤਾਂ ਉਸ ਤੋਂ ਪਹਿਲਾਂ, ਭੰਡਾਰਾ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਇੱਕ ਸ਼ਬਦ, ਆਪਾਂ ਨਾਰਾ ਬੋਲਾਂਗੇ, ਫਿਰ ਉਸ ਤੋਂ ਬਾਅਦ ਆਪਾਂ ਅਰਦਾਸ ਬੋਲਾਂਗੇ, ਉਸ ਤੋਂ ਬਾਅਦ ਬੇਨਤੀ ਦਾ ਸ਼ਬਦ, ਪ੍ਰੇਮੀ ਗੁਰਮਨ ਜੀ ਇਨਸਾਨ ਤਿਆਰ ਰਹਿਣਗੇ। ਤਾਂ ਹੁਣ ਆਪਾਂ ਸਾਰਿਆਂ ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਨਾਰਾ ਲਾ ਕੇ ਰੂਹਾਨੀ ਸਥਾਪਨਾ ਦਿਵਸ ਭੰਡਾਰੇ ਦੀ ਕਾਰਵਾਈ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਸਾਰਿਆਂ ਨੇ ਗੱਜ ਵੱਜ ਕੇ ਨਾਰਾ ਲਾਉਣਾ, ਉਸ ਤੋਂ ਬਾਅਦ ਆਪਾਂ ਅਰਦਾਸ ਬੋਲਣੀ ਹੈ ਜੀ। ਦੰਡ ਸਤਿਗੁਰੂ ਤੇਰਾ ਹੀ ਆਸਰਾ। ਅਰਦਾਸ
ਆਪਾਂ ਸਾਰੇ ਬੋਲਾਂਗੇ ਅਰਦਾਸ ਰਲ ਕੇ। ਹੇ ਪਰਮ ਪਿਤਾ ਸਤਿਗੁਰ ਪਰਮਾਤਮਾ, ਆਪ ਜੀ ਸਾਡੇ ਗੁਰੂ, ਐਮ ਐਸ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਜਲਦੀ ਤੋਂ ਜਲਦੀ ਪਰਮਾਨੈਂਟ ਸਾਡੇ ਵਿਚਕਾਰ ਲੈ ਆਓ ਜੀ। ਹੇ ਐਮ ਐਸ ਜੀ ਗੁਰੂ ਜੀ, ਆਪ ਜੀ ਪਰਮਾਨੈਂਟ ਸਾਡੇ ਸਾਹਮਣੇ ਪਧਾਰੋ ਜੀ। ਅਸੀਂ ਸਾਰੇ ਸਾਧ ਸੰਗਤ ਆਪ ਜੀ ਨਾਲ ਨਾਰਾ ਲਾ ਕੇ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਇਹ ਵਾਅਦਾ ਕਰਦੇ ਹਾਂ ਕਿ ਆਪ ਜੀ ਦੇ ਹਰ ਸਤਸੰਗ 'ਤੇ ਨਸ਼ਾ ਅਤੇ ਬੁਰਾਈਆਂ ਛਡਾਉਣ ਲਈ ਅਤੇ ਮਾਲਕ ਦੀ ਭਗਤੀ ਨਾਲ ਜੋੜਨ ਲਈ ਇੱਕ ਇੱਕ ਪ੍ਰੇਮੀ 15 ਤੋਂ 25 ਨਵੇਂ ਲੋਕਾਂ ਨੂੰ ਲੈ ਕੇ ਆਵਾਂਗੇ ਜੀ। ਆਪ ਜੀ ਜੋ ਵੀ ਵਚਨ ਸਾਡੇ ਸਾਹਮਣੇ ਪ੍ਰਤੱਖ ਕਰੋਗੇ, ਅਸੀਂ ਉਹਨਾਂ ਨੂੰ ਹੀ 100% ਮੰਨਾਂਗੇ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਪ੍ਰੇਮੀ ਗੁਰਮਨ ਜੀ ਬੇਨਤੀ ਦਾ ਸ਼ਬਦ ਬੋਲਦੇ ਹਨ, ਉਸ ਤੋਂ ਬਾਅਦ ਬਲਵਿੰਦਰ ਸਿੰਘ ਜੀ ਫਾਜ਼ਿਲਕਾ ਸ਼ਬਦ ਬੋਲਣ ਲਈ ਤਿਆਰ ਰਹਿਣ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਦਾਤਾ ਬਖਸ਼ਣਹਾਰ, ਦਾਤਾ ਬਖਸ਼ਣਹਾਰ ਮੇਰਾ ਦਾ ਸਾਈਂ ਤੂੰ, ਭੁੱਲਣਹਾਰ ਉੱਤੇ ਮੇਰ ਕਮਾਈ ਤੂੰ ਜੀ। ਦਾਤਾ ਬਖਸ਼ਣਹਾਰ ਮੇਰਾ ਦਾ ਸਾਈਂ ਤੂੰ, ਭੁੱਲਣਹਾਰ ਉੱਤੇ ਮੇਰ ਕਮਾਈ ਤੂੰ ਜੀ। ਸਭ ਦੁਨੀਆ ਦਾ ਵਾਲੀ, ਕੋਈ ਜਗ੍ਹਾ ਨਾ ਤੈਥੋਂ ਖਾਲੀ। ਸਭ ਤੇਰੀ ਹੈ ਫੁੱਲਵਾੜੀ, ਤੇ ਤੂੰ ਹੈ ਇਸ ਦਾ ਮਾਲੀ। ਮਿੱਠੇ ਫਲ ਲਾਈ ਤੂੰ, ਦਾਤ ਬਖਸ਼ਣ ਹਾਰ ਮੇਰਾ ਦਾ ਸਾਈਂ।
ਮੈਂ ਕਦਮ ਕਦਮ ਤੇ ਬੁੱਲਾਂ ਕੋਈ ਪੇਸ਼ ਨਾ ਜਾਂਦੀ ਮੇਰੀ ਕਿਉਂ ਦਰ ਦਰ ਤੇ ਮੈਂ ਰੁੱਲਾ ਜੇ ਰਹਿਮਤ ਹੋ ਜਾਏ ਤੇਰੀ ਮਨ ਤੂੰ ਬਚਾਈ ਤੂੰ ਦਾਤ ਬਖਸ਼ਣ ਹਾਰ ਮੇਰਾ ਦਾਸਾਈ ਤੂੰ ਜੀ ਵਿਚਾਰਾ ਹਾਂ ਜਿਹੜਾ ਰਹਾਂ ਇਹਨਾਂ ਤੋਂ ਬਚ ਕੇ ਤੇਰਾ ਜੀਵ ਫਸਾਇਆ ਹੈ ਜਗਮੋਣੀ ਮਾਇਆ ਰਚ ਕੇ ਕਰ ਤਰਸ ਛੁੜਾਈ ਤੂੰ ਦਾਤ ਬਖਸ਼ਣ ਹਾਰ ਮੇਰਾ ਦਾਸਾਈ ਤੂੰ ਬਚ ਨਹੀਂ ਸਕਦਾ ਜੀ ਲਾ ਕੇ ਅਕਲ ਇਲਮ ਦਾ ਜੋਰੇ ਮੈਂ ਜਾਵਾਂ ਉੱਥੇ ਜੀ ਕਹਿ ਕੇ ਮਨ ਜਿੱਦਰ ਨੂੰ ਤੋਰੇ ਮੈਂ ਸਮਝਾਈ ਤੂੰ ਦਾਤ ਬਖਸ਼ਣ ਹਾਰ ਮੇਰਾ ਦਾਸਾਈ ਤੂੰ ਜੀ ਹਰ ਦਮ ਡਰਦਾ ਹਾਂ ਕਿਵੇਂ ਹੋਊਂ ਬੇੜਾ ਮੇਰਾ ਹੋਰ ਛੱਡੇ ਸਹਾਰੇ ਜੀ ਇੱਕ ਤੱਕਿਆ ਆਸਰਾ ਤੇਰਾ ਤੀਰ ਬੰਧਾਈ ਤੂੰ ਦਾਤ ਬਖਸ਼ਣ ਹਾਰ ਮੇਰਾ ਦਾਸਾਈ ਤੂੰ ਸਤਨਾਮ ਜੀ ਵਿਛੜ ਕੇ ਜੀ ਦੁਖੜੇ ਬਹੁਤ ਉਠਾਏ ਪਾਰੇ ਫਿਰ ਆਇਆ 84 ਜੀ ਦੇਖੇ ਨਰਕਾਂ ਦੇ ਦੁੱਖ ਸਾਰੇ ਤਰਸ ਕਮਾਈ ਤੂੰ ਦਾਤ ਬਖਸ਼ਣ ਹਾਰ ਮੇਰਾ ਦਾਸਾਈ ਤੂੰ ਜੀ ਦਾਤ ਬਖਸ਼ਣ ਹਾਰ ਮੇਰਾ ਦਾਸਾਈ ਤੂੰ ਉਲਣ ਹਾਰੇ ਉੱਤੇ ਮੇਰੇ ਕਮਾਈ ਤੂੰ ਜੀ।
ਤਨ ਤਨ ਸਤਿਗੁਰੂ ਤੇਰੇ ਹੀ ਆਸ। ਤਨ ਤਨ ਸਤਿਗੁਰੂ ਤੇਰਾ ਹੀ ਆਸਰਾ। ਬਲਵਿੰਦਰ ਸਿੰਘ ਜੀ ਫਾਜ਼ਿਲਕਾ ਛੱਤ ਬੋਲਣੀ ਆ ਜਾਣ ਜੀ। ਇਸ ਤੋਂ ਬਾਅਦ ਡਾਕਟਰ ਬੇਅੰਤ ਸਿੰਘ ਜੀ ਮੋਗਾ ਛੱਤ ਬੋਲੀ ਤਿਆਰ ਰਹਿਣ ਜੀ। ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਉਹ ਸਾਰਾ ਜੱਗ ਵਿਸਰੇ ਬੇਸ਼ੱਕ ਵਿਸਰੇ, ਪਰ ਗੁਰੂ ਨੂੰ ਬੁਲਾਇਆ ਨਹੀਂ ਜਾਂਦਾ। ਕਿਤੇ ਉਪਕਾਰ ਜੋ ਸਾਡੇ ਤੇ, ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ। ਕਿਤੇ ਉਪਕਾਰ ਜੋ ਸਾਡੇ ਤੇ, ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ। ਸਾਰਾ ਜੱਗ ਵਿਸਰੇ ਬੇਸ਼ੱਕ ਵਿਸਰੇ, ਸਦਾ ਤੇਰੇ ਰਹਾਂਗੇ। ਦੁੱਖ ਸੁੱਖ ਜੋ ਵੀ ਆਵੇ ਹੱਸ ਕੇ ਸਹਾਂਗੇ। ਅਸੀਂ ਤੇਰੇ ਆ ਬੱਚੇ, ਸਦਾ ਤੇਰੇ ਰਹਾਂਗੇ। ਦੁੱਖ ਸੁੱਖ ਜੋ ਵੀ ਆਵੇ ਹੱਸ ਕੇ ਸਹਾਂਗੇ। ਆ ਦੁਨੀਆ ਤਾਨੇ ਬੇਸ਼ੱਕ ਮਾਰੇ, ਦੁਨੀਆ ਤਾਨੇ ਬੇਸ਼ੱਕ ਮਾਰੇ। ਚੁੱਪ ਉਹਨਾਂ ਨੂੰ ਕਰਾਇਆ ਨਹੀਂ ਜਾਂਦਾ, ਉਹਨਾਂ ਨੂੰ ਕਰਾਇਆ ਨਹੀਂ ਜਾਂਦਾ। ਕਿਤੇ ਉਪਕਾਰ ਜੋ ਸਾਡੇ ਤੇ, ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ। ਕਿਤੇ ਉਪਕਾਰ ਜੋ ਸਾਡੇ ਤੇ, ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ। ਸਾਰਾ ਜੱਗ ਵਿਸਰੇ ਬੇਸ਼ੱਕ ਵਿਸਰੇ, ਆਪਣਾ ਸਿਰ ਕੱਟਣਾ। ਅਸੀਂ ਤੇਰੇ ਦੁਆਰੇ ਤੋਂ ਨਹੀਂ ਹਟਣਾ, ਭਾਵੇਂ ਪੈਜੇ ਆਪਣਾ ਸਿਰ ਕੱਟਣਾ। ਇੱਕ ਵਾਰ ਝੁਕਾ ਸਿਰ ਤੇਰੇ ਦਰ ਤੇ, ਇੱਕ ਵਾਰ ਝੁਕਾ ਸਿਰ ਤੇਰੇ ਦਰ ਤੇ। ਕਿਤੇ ਹੋਰ ਝੁਕਾਇਆ ਨਹੀਂ ਜਾਂਦਾ, ਹੋਰ ਝੁਕਾਇਆ ਨਹੀਂ ਜਾਂਦਾ। ਕਿਤੇ ਉਪਕਾਰ ਜੋ ਸਾਡੇ ਤੇ, ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ। ਕਿਤੇ ਉਪਕਾਰ ਜੋ ਸਾਡੇ ਤੇ, ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ। ਸਾਰਾ ਜੱਗ ਵਿਸਰੇ ਬੇਸ਼ੱਕ ਵਿਸਰੇ।
ਅਸੀਂ ਦਿਲ ਦਾ ਸਿੰਘਾਸਣ ਬਣਾਇਆ ਵਿੱਚ ਸਤਿਗੁਰੂ ਪਿਆਰਾ ਬਿਠਾਇਆ ਏ ਅਸੀਂ ਦਿਲ ਦਾ ਸਿੰਘਾਸਣ ਬਣਾਇਆ ਵਿੱਚ ਸਤਿਗੁਰੂ ਪਿਆਰਾ ਬਿਠਾਇਆ ਏ ਇਹ ਦਿਲ ਹੈ ਸਿੰਘਾਸਣ ਸਤਿਗੁਰ ਦਾ ਇਹ ਦਿਲ ਹੈ ਸਿੰਘਾਸਣ ਸਤਿਗੁਰ ਦਾ ਕੋਈ ਹੋਰ ਬਿਠਾਇਆ ਨਹੀਂ ਜਾਂਦਾ ਹੋਰ ਬਿਠਾਇਆ ਨਹੀਂ ਜਾਂਦਾ ਕੀਤੇ ਉਪਕਾਰ ਜੋ ਸਾਡੇ ਤੇ ਉਹਨਾਂ ਨੂੰ ਭੁਲਾਇਆ ਨਹੀਂ ਜਾਂਦਾ ਕੀਤੇ ਉਪਕਾਰ ਜੋ ਸਾਡੇ ਤੇ ਉਹਨਾਂ ਨੂੰ ਭੁਲਾਇਆ ਨਹੀਂ ਜਾਂਦਾ ਸਾਰਾ ਜੱਗ ਵਿਸਰੇ ਬੇਸ਼ੱਕ ਵਿਸਰੇ ਨਾਮ ਜੀ ਕੁਰਬਾਨ ਤੈਥੋਂ ਹੈ ਜਾਂਦੀ ਉਪਮਾ ਨਾ ਕੀਤੀ ਮੈਥੋਂ ਹੈ ਸ਼ਾਸਤ ਨਾਮ ਜੀ ਕੁਰਬਾਨ ਤੈਥੋਂ ਹੈ ਜਾਂਦੀ ਉਪਮਾ ਨਾ ਕੀਤੀ ਮੈਥੋਂ ਹੈ ਇਹ ਹੋਇਆ ਜੋ ਕੁਝ ਤੈਥੋਂ ਹੈ ਇਹ ਹੋਇਆ ਜੋ ਕੁਝ ਤੈਥੋਂ ਹੈ ਮੇਰੇ ਬਦਲਾ ਚੁਕਾਇਆ ਨਹੀਂ ਜਾਂਦਾ ਬਦਲਾ ਚੁਕਾਇਆ ਨਹੀਂ ਜਾਂਦਾ ਕੀਤੇ ਉਪਕਾਰ ਜੋ ਸਾਡੇ ਤੇ ਉਹਨਾਂ ਨੂੰ ਭੁਲਾਇਆ ਨਹੀਂ ਜਾਂਦਾ ਕੀਤੇ ਉਪਕਾਰ ਜੋ ਸਾਡੇ ਤੇ ਉਹਨਾਂ ਨੂੰ ਭੁਲਾਇਆ ਨਹੀਂ ਜਾਂਦਾ ਸਾਰਾ ਜੱਗ ਵਿਸਰੇ ਬੇਸ਼ੱਕ ਵਿਸਰੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਡਾਕਟਰ ਬੇਅੰਤ ਸਿੰਘ ਜੀ ਮੋਗਾ ਸ਼ਬਦ ਬੋਲ ਰਹੇ ਹਨ ਜੀ ਇਸ ਤੋਂ ਬਾਅਦ ਅਮਰਿੰਦਰ ਸਿੰਘ ਜੀ ਸਪੀਕਰ ਸਮਤੀ ਸ਼ਬਦ ਬੋਲਣ ਤਿਆਰ ਰਹਿਣ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜਦ ਸਤਸੰਗ ਦਾ ਦਿਨ ਆਉਂਦਾ ਹੈ ਮੈਂ ਲੱਖ ਲੱਖ ਸ਼ੁਕਰ ਮਨਾਉਂਦਾ ਹਾਂ ਇਹ ਪ੍ਰੀਤਮ ਤੇਰੇ ਚਰਨਾਂ ਵਿੱਚ ਸ਼ਰਧਾ ਥੀ ਸੀਸ ਝੁਕਾਉਂਦਾ ਹਾਂ ਜਦ ਸਤਸੰਗ ਦਾ ਦਿਨ ਆਉਂਦਾ ਹੈ ਮੈਂ ਲੱਖ ਲੱਖ ਸ਼ੁਕਰ ਮਨਾਉਂਦਾ ਹਾਂ Thank you.
ਜਦ ਅੱਖੀਆਂ ਦੇ ਵਿੱਚ ਪਾਏ ਅੱਖੀਆਂ ਮੈਂ ਤੱਕਣਾ ਨੂਰ ਇਲਾਹੀ ਨੂੰ, ਮੈਂ ਤੱਕਣਾ ਨੂਰ ਇਲਾਹੀ ਨੂੰ, ਮੇਰੇ ਠੰਡ ਕਲੇਜੇ ਪੈ ਜਾਂਦੀ ਜਦ ਕੋਲ ਬਹਿ ਜਾਂਦਾ ਹਾਂ ਮੈਂ, ਮੇਰੇ ਠੰਡ ਕਲੇਜੇ ਪੈ ਜਾਂਦੀ ਜਦ ਕੋਲ ਬਹਿ ਜਾਂਦਾ ਹਾਂ ਮੈਂ, ਜਦ ਸਤਸੰਗ ਦਾ ਦਿਨ ਆਉਂਦਾ ਹੈ ਮੈਂ ਲੱਖ ਲੱਖ ਸ਼ੁਕਰ ਮਨਾਉਂਦਾ ਹਾਂ, ਮੈਨੂੰ ਪ੍ਰੇਮ ਹਲਾਰੇ ਆਉਂਦੇ ਨੇ ਜਦ ਗੀਤ ਪਿਆਰ ਦੇ ਗਾਉਂਦੇ ਨੇ, ਮੈਨੂੰ ਪ੍ਰੇਮ ਹਲਾਰੇ ਆਉਂਦੇ ਨੇ ਜਦ ਗੀਤ ਪਿਆਰ ਦੇ ਗਾਉਂਦੇ ਨੇ, ਧੰਨ ਧੰਨ ਦਾ ਨਾਰਾ ਫੇਰ ਜਦੋਂ ਸੰਗਤ ਦੇ ਵਿੱਚ ਲਗਾਉਂਦਾ ਹਾਂ, ਜਦ ਸਤਸੰਗ ਦਾ ਦਿਨ ਆਉਂਦਾ ਹੈ ਮੈਂ ਲੱਖ ਲੱਖ ਸ਼ੁਕਰ ਮਨਾਉਂਦਾ ਹਾਂ, ਤੇਰਾ ਹੁਕਮ ਕਦੇ ਨਾ ਮੋੜਾਂ ਜੀ, ਤੇਰਾ ਹੁਕਮ ਕਦੇ ਨਾ ਮੋੜਾਂ ਜੀ, ਜੀ ਕਰਦਾ ਮੈਂ ਨਾ ਛੋੜਾਂ ਜੀ, ਤੇਰਾ ਹੁਕਮ ਕਦੇ ਨਾ ਮੋੜਾਂ ਜੀ, ਸਾਡੀ ਐਵੇਂ ਹੀ ਉਮਰਾਂ ਨਿਭ ਜਾਵੇ ਇਹੋ ਹੀ ਦਾਤਾ ਜਾਂਦਾ ਹਾਂ, ਜਦ ਸਤਸੰਗ ਦਾ ਦਿਨ ਆਉਂਦਾ ਹੈ ਮੈਂ ਲੱਖ ਲੱਖ ਸ਼ੁਕਰ ਮਨਾਉਂਦਾ ਹਾਂ, ਹੋ ਪੂਰੀ ਦਿਲ ਦੀ ਆਸ ਗਈ, ਹੋ ਪੂਰੀ ਦਿਲ ਦੀ ਆਸ ਗਈ,
ਦਿਲ ਮੇਰੇ ਦੀ ਬੁਝ ਪਿਆਸ ਗਈ, ਹੋ ਦਿਲ ਦੀ ਪੂਰੀ ਆਸ ਗਈ। ਲੋਕੀ ਰੱਬ ਨੂੰ ਭਾਲਣ ਜਾਂਦੇ ਨੇ, ਮੈਂ ਆਪਣੇ ਕੋਲ ਬਿਠਾਉਂਦਾ ਹਾਂ ਜਦ ਸਤਸੰਗ ਦਾ ਦਿਨ ਆਉਂਦਾ ਹੈ। ਮੈਂ ਲੱਖ ਲੱਖ ਸ਼ੁਕਰ ਮਨਾਉਂਦਾ ਹਾਂ ਐ ਪ੍ਰੀਤਮ ਤੇਰੇ ਚਰਨਾਂ ਵਿੱਚ। ਸ਼ਰਧਾ ਦੀ ਸੀਸ ਝੁਕਾਉਂਦਾ ਹਾਂ, ਸ਼ਰਧਾ ਦੀ ਸੀਸ ਝੁਕਾਉਂਦਾ ਹਾਂ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਅਮਰਿੰਦਰ ਸਿੰਘ ਜੀ ਸਪੀਕਰ ਸਮਤੀ, ਉਸ ਤੋਂ ਬਾਅਦ ਗੋਲਡੀਅਨ ਸਾਂ ਜ਼ਿਲ੍ਹਾ ਪਟਿਆਲਾ ਕਲਾਕਾਰ ਸ਼ਬਦ ਬੋਲੀ ਤਿਆਰ ਰਹਿਣਗੇ ਜੀ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ ਜੀ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਜਿਹੜੇ ਜਾਂਦੇ ਪ੍ਰੇਮ ਗਲੀ, ਦੇਣੀ ਪੈਂਦੀ ਸੀਸ ਬਲੀ। ਸਿਰ ਨੂੰ ਕੱਟ ਕੇ ਰੱਖ ਦੇ ਤਲੀ, ਸਿਰ ਨੂੰ ਕੱਟ ਕੇ ਰੱਖ ਦੇ ਤਲੀ। ਚੜ੍ਹਦੇ ਪ੍ਰੇਮ ਚਵਾਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ, ਜੇ ਤੂੰ ਮਿਲਣਾ ਪਿਆਰੇ ਨੂੰ। ਡੇਰਾ ਲਾ ਲੈ ਪ੍ਰੇਮ ਗਲੀ ਵਿੱਚ, ਜੇ ਤੂੰ ਮਿਲਣਾ ਪਿਆਰੇ ਬਿਖੜਾ ਪ੍ਰੇਮ ਗਲੀ ਦਾ ਰਸਤਾ, ਉਹ ਜਿੱਥੇ ਸੱਜਣ ਪਿਆਰਾ ਵਸਦਾ। ਜੇ ਸਿਰ ਦਿੱਤਿਆਂ ਮਿਲੇ ਤਾਂ ਸਸਤਾ, ਜੇ ਸਿਰ ਦਿੱਤਿਆਂ ਮਿਲੇ ਤਾਂ ਸਸਤਾ। ਬਖਸ਼ੇ ਪ੍ਰੇਮ ਨਜ਼ਾਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ, ਜੇ ਤੂੰ ਮਿਲਣਾ ਪਿਆਰੇ ਨੂੰ। ਡੇਰਾ ਲਾ ਲੈ ਪ੍ਰੇਮ ਗਲੀ ਵਿੱਚ, ਜੇ ਤੂੰ ਮਿਲਣਾ ਪਿਆਰੇ। ਔਖੀ ਕਾਟੀ ਪੈਂਦਾ ਬਿਖੜਾ, ਖੰਡੇ ਤਾਰੋਂ ਬਹੁਤਾ ਤਿਖੜਾ। ਦਸਵਾਂ ਹਿੱਸਾ ਬਾਲ ਤੋਂ ਨਿਕੜਾ, ਦਸਵਾਂ ਹਿੱਸਾ ਬਾਲ ਤੋਂ ਨਿਕੜਾ। ਚੜ੍ਹਨਾ ਦਸਵੇਂ ਦੁਆਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ, ਜੇ ਤੂੰ ਮਿਲਣਾ ਪਿਆਰੇ ਨੂੰ। ਡੇਰਾ ਲਾ ਲੈ ਪ੍ਰੇਮ ਗਲੀ ਵਿੱਚ, ਜੇ ਤੂੰ ਮਿਲਣਾ ਪਿਆਰੇ। ਸਤਿ ਸ਼੍ਰੀ ਅਕਾਲ।
ਸੱਚੇ ਪ੍ਰੇਮੀ ਉੱਥੇ ਡਟਦੇ ਸੱਜਣ ਸੀਸ ਮੰਗੇ ਤਾਂ ਕੱਟਦੇ ਮਰਨੇ ਕੋਲੋਂ ਪਿਛਾ ਨਾ ਹਟਦੇ ਮਰਨੇ ਕੋਲੋਂ ਪਿਛਾ ਨਾ ਹਟਦੇ ਮਿਲਦੇ ਪ੍ਰੀਤਮ ਪਿਆਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ ਜੇ ਤੂੰ ਮਿਲਣਾ ਪਿਆਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ ਜੇ ਤੂੰ ਮਿਲਣਾ ਪਿਆਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ ਜੇ ਤੂੰ ਮਿਲਣਾ ਪਿਆਰੇ ਨੂੰ ਜੇ ਤੂੰ ਮਿਲਣਾ ਪਿਆਰੇ ਨੂੰ ਮਿਲਣਾ ਮੁਰਸ਼ਦ ਪਿਆਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ ਜੇ ਤੂੰ ਮਿਲਣਾ ਪਿਆਰੇ ਨੂੰ ਡੇਰਾ ਲਾ ਲੈ ਪ੍ਰੇਮ ਗਲੀ ਵਿੱਚ ਜੇ ਤੂੰ ਮਿਲਣਾ ਪਿਆਰੇ ਨੂੰ ਸਤਿਗੁਰੂ ਤੇਰਾ ਹੀ ਆਸਰਾ ਪ੍ਰੇਮੀ ਗੋਲਡੀਅਨ ਸਾਹਿਬ ਜੀ ਸ਼ਬਦ ਬੋਲ ਰਹੇ ਹਨ ਜੀ ਇਸ ਤੋਂ ਬਾਅਦ ਪ੍ਰੇਮੀ ਧੀਰਾ ਸਿੰਘ ਜੀ ਸ਼ਬਦ ਬੋਲੀ ਤਿਆਰ ਰਹਿਣਗੇ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸ਼ਾਸਤ ਨਾਮ ਜੀ ਸਰਬ ਵਿਆਪਕ ਹਰ ਕੋਨੇ ਹਰ ਥਾਂ ਸਰਬ ਧਰਮ ਦਾ ਸੰਗਮ ਵਾਹਿਗੁਰੂ ਰਾਮ ਗੋੜ ਸ਼ਾਸਤ ਨਾਮ ਜੀ ਸਰਬ ਵਿਆਪਕ ਹਰ ਕੋਨੇ ਹਰ ਥਾਂ ਸਰਬ ਧਰਮ ਦਾ ਸੰਗਮ ਵਾਹਿਗੁਰੂ ਰਾਮ ਗੌੜੇ ਅੱਲਾ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਨਾਹੀ ਕੋਈ ਦਾਨ ਚੜਾਵਾ ਨਾ ਕੋਈ ਪੈਸਾ ਪਾਈ ਚੰਦਾ ਫੀਸ ਨਾ ਗੋਲਕ ਪਰਚੀ ਨਾਹੀ ਮੱਥਾ ਟਕਾਈ ਮੁਫਤੋਂ ਮੁਫਤੀ ਦੇ ਵਿੱਚ ਮਿਲਦਾ ਦੁਰਲਭ ਸੱਚਾ ਨਾ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾ ਜ਼ਿੰਦਗੀ ਵਿੱਚ ਕਰਨੇ ਵਾਲਾ ਇੱਕੋ ਸੱਚਾ ਸੌਦਾ ਫੇਰ ਫੇਰ ਨਾ ਪਿੰਗ ਬਣੇ ਮਾਂ ਸਿੱਧਾ ਝਟਕਾ ਸੌਦਾ ਜ਼ਿੰਦਗੀ ਵਿੱਚ ਬਾਹਰ ਆ ਜਾਂਦੀ ਮਿਲਦਾ ਸੁੱਕਦਾ ਸਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ
ਜਿਸ ਕਮੀ ਕੋਈ ਨਾ ਆਵੇ ਹਰ ਜਾਏ ਜਮਕ ਪੂਰੀ ਹੋਵੀ ਮੂੰਹ ਮੰਗਿਆ ਫਲ ਪਾਵੇ ਇੱਕ ਪੈਰੀ ਸਜਗ ਤੇ ਦੂਜਾ ਨਿੱਚ ਦਮ ਟਿਕਿਆ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਘੁੰਮ ਕੇ ਦੇਖੀ ਤਰਨਾ ਐਸਾ ਤੱਕਿਆ ਜਾਂ ਸਤਿਗੁਰ ਦੇ ਦਰਸ਼ਨ ਪਾਏ ਤੁਰ ਦਿਲ ਦੇ ਵਿੱਚ ਵਸਿਆ ਕੁਝ ਵੀ ਹੋਵੇ ਇਸ ਦਰ ਤੋਂ ਨਾ ਹੋ ਕੁਝ ਵੀ ਹੋਵੇ ਇਸ ਦਰ ਤੋਂ ਨਾ ਹੋ ਮੈਂ ਕਦੇ ਪਰਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਸਤਾਨਾ ਜੀ ਨੇ ਬੂਟਾ ਸੱਚਾ ਸੌਦਾ ਲਾਇਆ ਸ਼ਾਸਤ ਨਾਮ ਜੀ ਰਹਿਮਤ ਕੀਤੀ ਫਲਿਆ ਤੇ ਲਹਿਰਾਇਆ ਸੱਚ ਦੇ ਦਰਖਤ ਦੀ ਅਜੀ ਕਣੀ ਤੇ ਸੰਘਣੀ ਛਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਦੁਨੀਆਂ ਦੇ ਵਿੱਚ ਗੂੰਜ ਰਿਹਾ ਸੱਚੇ ਸੌਦੇ ਦਾ ਨਾਂ ਧੰਨ ਧੰਨ ਸਤਿਗੁਰੂ ਤੇਰੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਪ੍ਰੇਮੀ ਧੀਰ ਸਿੰਘ ਜੀ ਸ਼ਬਦ ਬੋਲ ਰਹੇ ਹਨ ਜੀ ਇਸ ਤੋਂ ਬਾਅਦ ਪ੍ਰੇਮੀ ਸੁਰਿੰਦਰ ਸਿੰਘ ਜੀ ਸ਼ਬਦ ਬੋਲੀ ਤਿਆਰ ਰਹਿਣ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਸੌਦੇ ਵਾਲਿਆ ਚਿੱਟੇ ਚੋਲੇ ਵਾਲਿਆ ਸਾਨੂੰ ਜਿਹੜੀ ਜੋਤ ਤੂੰ ਦਿਖਾਈ ਹੋ ਸਾਨੂੰ ਜਿਹੜੀ ਜੋਤ ਤੂੰ ਦਿਖਾਈ ਮੁੱਖੋਂ ਤਸੀਂ ਬੋਲ ਕੇ ਨਭ ਜਾਂ ਫਰੋਲ ਕੇ ਲੁਕ ਤੇਰੀ ਗੱਲ ਸਮਝ ਆਈ ਹੋ ਲੁਕ ਤੇਰੀ ਗੱਲ ਸਮਝ ਆਈ ਚਿੱਟੇ ਚੋਲੇ ਵਾਲਿਆ ਸੱਚੇ
ਪਰਲੋਕ ਵਿੱਚ ਸੱਚੇ ਸਤ ਲੋਕ ਵਿੱਚ ਤੁਸੀਂ ਹੋਣਾ ਸ਼ੈਨ ਸ਼ਾਹ ਸੁਹਾਈ ਹੋ ਹੋ ਤੁਸੀਂ ਹੋਣਾ ਸ਼ੈਨ ਸ਼ਾਹ ਸੁਹਾਈ ਚਿੱਟੇ ਚੋਲ ਵਾਲਿਆ ਕਰੀ ਆਸ਼ਾ ਪੂਰੀਆਂ ਰਹਿਣ ਨਾ ਅਧੂਰੀਆਂ ਤੇਰੇ ਦਰ ਚੋਲੀ ਹੈ ਫੁਲਾਈ ਹੋ ਹੋ ਤੇਰੇ ਦਰ ਚੋਲੀ ਹੈ ਫੁਲਾਈ ਚਿੱਟੇ ਚੋਲ ਵਾਲਿਆ ਸੱਚੇ ਸੌਦੇ ਵਾਲਿਆ ਕੰਬਦੀ ਕੁਛ ਵੀ ਨਾ ਮੰਗਦੀ ਬੱਚੇ ਨਾ ਤੇ ਚੱਲੇ ਨਾ ਸਿਖਾਈ ਹੋ ਹੋ ਬੱਚੇ ਨਾ ਤੇ ਚੱਲੇ ਨਾ ਸਿਖਾਈ ਚਿੱਟੇ ਚੋਲ ਵਾਲਿਆ ਸੱਚੇ ਸੌਦੇ ਵਾਲਿਆ ਸਤਨਾਮ ਜੀ ਆਇਆ ਤੇਰੇ ਧਾਮ ਜੀ ਸਾ ਸਤਨਾਮ ਜੀ ਆਇਆ ਤੇਰੇ ਧਾਮ ਜੀ ਮੀਤ ਕਦੇ ਨਾ ਵਿਛੋੜਾ ਸਾਥੋਂ ਪਾਈ ਹੋ ਕਦੇ ਨਾ ਵਿਛੋੜਾ ਸਾਨੂੰ ਪਾਈ ਚਿੱਟੇ ਚੋਲ ਵਾਲਿਆ ਜਗ ਰੱਖ ਵਾਲਿਆ ਤੂੰ ਹੀ ਸਾਡਾ ਰਾਖਾ ਸਭਣੀ ਥਾਈ ਹੋ ਤੂੰ ਹੀ ਸਾਡਾ ਰਾਖਾ ਸਭਣੀ ਥਾਈ ਚਿੱਟੇ ਚੋਲ ਵਾਲਿਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਪ੍ਰੇਮੀ ਸੁਰਿੰਦਰ ਸਿੰਘ ਜੀ ਸ਼ਬਦ ਬੋਲ ਰਹੇ ਹਨ ਜੀ ਇਸ ਤੋਂ ਬਾਅਦ ਪ੍ਰੇਮੀ ਚਾਨਣ ਸਿੰਘ ਜੀ ਸ਼ਬਦ ਬੋਲੀ ਤਿਆਰ ਰਹਿਣਗੇ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰੇ ਆਸਰਾ ਧੰਨ ਧੰਨ ਸਤਿਗੁਰੂ ਤੇਰੇ ਆਸਰਾ ਜੇ ਤੂੰ ਸੁੱਖ ਚਾਹੁੰਦਾ ਏ ਜ਼ਿੰਦਗੀ ਵਿੱਚ ਭਾਈ ਸਤਸੰਗ ਦੇ ਵਿੱਚ ਆਇਆ ਕਰ ਦਿਲੋਂ ਕੱਢ ਕੇ ਸਾਰੇ ਵਹਿਮਾਂ ਨੂੰ ਸਦਾ ਰੱਬ ਦਾ ਨਾਮ ਤੇ ਆਇਆ ਕਰ ¶¶
ਕੀ ਤਾਰਨ ਸਾਨੂੰ ਉਹ ਪੱਥਰ ਜਿਹੜੇ ਪਾਣੀ ਵਿੱਚ ਡੁੱਬ ਜਾਂਦੇ ਨੇ ਕਿਸੇ ਨੂੰ ਦੱਸ ਕੀ ਦੇ ਸਕਦੇ ਜਿਹੜੇ ਆਪ ਹੀ ਮੰਗ ਮੰਗ ਖਾਂਦੇ ਨੇ ਜਿਹੜਾ ਦੁਨੀਆ ਸਾਜਨ ਹਾਰਾਏ ਜਿਹੜਾ ਦੁਨੀਆ ਸਾਜਨ ਹਾਰਾਏ ਚੋਲੀ ਦਰ ਉਹਦੇ ਤੇ ਫਲਾਇਆ ਕਰ ਦਿਲੋਂ ਕੱਢ ਕੇ ਸਾਰੇ ਵਹਿਮਾਂ ਨੂੰ ਸਦਾ ਰੱਬ ਦਾ ਨਾਮ ਧਿਆਇਆ ਕਰ ਘਟੇਗਾ ਮਾਸ ਸ਼ਰਾਬਾਂ ਚੋਂ ਦਿਨ ਰਾਤ ਜੋ ਜ਼ੁਲਮ ਕਮਾਉਣਾ ਏ ਜੋ ਕਰਦਾ ਏ ਮਾਲਕ ਦੇਖ ਰਿਹਾ ਤੂੰ ਕਿਸ ਤੋਂ ਦੱਸ ਲਕੋਣਾ ਏ ਦੁੱਖਾਂ ਵਿੱਚ ਰੋਵੇ ਤੇ ਯਾਦ ਕਰੇ ਦੁੱਖਾਂ ਵਿੱਚ ਰੋਵੇ ਤੇ ਯਾਦ ਕਰੇ ਕਦ ਸੁੱਖ ਵਿੱਚ ਨਾਮ ਧਿਆਇਆ ਕਰ ਦਿਲੋਂ ਕੱਢ ਕੇ ਸਾਰੇ ਵਹਿਮਾਂ ਨੂੰ ਸਦਾ ਰੱਬ ਦਾ ਨਾਮ ਧਿਆਇਆ ਕਰ ਕਰੇ ਉਹਦੀ ਦਾਤਾਂ ਦੀਆਂ ਦਾ ਤਾਰਨ ਬਿਲਕੁਲ ਜਾਣੇ ਨਾ ਮਨ ਵਿਸ਼ਿਆਂ ਦੇ ਵਿੱਚ ਫਸਿਆ ਏ ਪਰ ਨਾਮ ਦੇ ਰਸ ਨੂੰ ਜਾਣੇ ਨਾ ਰਾਹ ਪੁੱਛ ਲੈ ਰਾਇਵਰ ਲੱਭ ਕੋਈ ਰਾਹ ਪੁੱਛ ਲੈ ਰਾਇਵਰ ਲੱਭ ਕੋਈ ਸਿੱਧਾ ਘਰ ਆਪਣੇ ਨੂੰ ਜਾਇਆ ਕਰ ਦਿਲੋਂ ਕੱਢ ਕੇ ਸਾਰੇ ਵਹਿਮਾਂ ਨੂੰ ਸਦਾ ਰੱਬ ਦਾ ਨਾਮ ਧਿਆਇਆ ਕਰ ਦਿਲ ਕਰਦਾ ਸੱਚ ਨੂੰ ਸੱਚ ਆਖਾਂ ਪਰ ਹੁਕਮ ਨਹੀਂ ਕੁਝ ਬੋਲਾਂ ਜੀ ਸੱਚ ਝੂਠ ਦੋਵੇਂ ਨੇ ਕੋਲ ਖੜੇ ਨਾ ਸਮਝ ਆਵੇ ਕੀ ਬੋਲਾਂ ਜੀ ਸ਼ਾਹ ਸਤਨਾਮ ਜੀ ਤੈਨੂੰ ਜੋ ਪਾਵੇ ਸ਼ਾਹ ਸਤਨਾਮ ਜੀ ਤੈਨੂੰ ਜੋ ਪਾਵੇ ਦਾਤਾ ਸੋਈ ਬਚਨ ਬੁਲਾਇਆ ਕਰ ਦਿਲੋਂ ਕੱਢ ਕੇ ਸਾਰੇ ਵਹਿਮਾਂ ਨੂੰ ਸਦਾ ਰੱਬ ਦਾ ਨਾਮ ਧਿਆਇਆ ਕਰ ਜੇ
ਤੇ ਤੂੰ ਸੁਖ ਚਾਉਣਾ ਏ ਜ਼ਿੰਦਗੀ ਵਿੱਚ ਪਾਈ ਸਤਸੰਗ ਦੇ ਵਿੱਚ ਆਇਆ ਕਰ ਦਿਲੋਂ ਕੱਢ ਕੇ ਸਾਰੇ ਵਹਿਮਾਂ ਨੂੰ ਸਦਾ ਰੱਬ ਦਾ ਨਾਮ ਤੇ ਆਇਆ ਕਰ ਸਦਾ ਰੱਬ ਦਾ ਨਾਮ ਤੇ ਆਇਆ ਕਰ ਸਦਾ ਰੱਬ ਦਾ ਨਾਮ ਤੇ ਆਇਆ ਕਰ ਧੰਨ ਧੰਨ ਸਤਿਗੁਰੂ ਤੇਰੇ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਪ੍ਰੇਮੀ ਚਾਨਣ ਸਿੰਘ ਜੀ ਸ਼ਬਦ ਬੋਲ ਰਹੇ ਹਨ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਦਿਨ ਚੜਿਆ ਭਾਗਾਂ ਵਾਲਾ ਤੇ ਘੜੀ ਸੁਲੱਖਣੀ ਆਈ ਸਭ ਸੰਗਤਾਂ ਨੂੰ ਗੁਰੂ ਗੱਦੀ ਦਿਵਸ ਦੀ ਹੋਵੇ ਲੱਖ ਵਧਾਈ ਜਿਨ੍ਹਾਂ ਨੇ ਦੁਨੀਆ ਤਾਰੀ ਏ ਭੰਡਾਰਾ ਉਸ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ ਭੰਡਾਰਾ ਉਸ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ ਭੰਡਾਰਾ ਉਸ ਮੁਰਸ਼ਦ ਦਾ ਬੰਦੀ ਛੋੜ ਸਤਿਗੁਰੂ ਜੀ ਆ ਧਰਤ ਪਦਾਰੇ ਜਨ ਕਲਿਆਣ ਦੀ ਖਾਤਰ ਕਲ ਯੁਗ ਵਿੱਚ ਅਵਤਾਰੇ ਨੇ ਡੁੱਬਦੀ ਤਾਰੀ ਏ ਭੰਡਾਰਾ ਉਸੇ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ ਭੰਡਾਰਾ ਉਸ ਮੁਰਸ਼ਦ ਦਾ ਆ
ਪਤਾ ਨੀ ਜਾਮ ਦੇ ਵਿੱਚ ਸਰਗੁਰ ਕੀ ਘੋਲ ਪਲਾਉਂਦਾ ਏ, ਜੋ ਵੀ ਗ੍ਰਹਿਣ ਕਰਦਾ ਏ, ਨੱਚਦਾ ਝੂਮਦਾ ਗਾਉਂਦਾ ਏ, ਪ੍ਰੇਮ ਦੀ ਮਹਿਕ ਖਿਲਾਰੀ ਏ, ਭੰਡਾਰਾ ਉਸ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ, ਭੰਡਾਰਾ ਉਸ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ, ਭੰਡਾਰਾ ਉਸ ਮੁਰਸ਼ਦ ਦਾ। ਜੋ ਵੀ ਵਿਚਰ ਜਾਵੇ ਸਤਿਗੁਰ ਮੂਹਰੇ ਮੁਜਰਾ ਕਰਦਾ ਏ, ਉਹ ਬੁੱਲਾ ਹੈ ਭੁੱਲਾ ਨਹੀਂ, ਖੂਬ ਚੋੜੀਆਂ ਭਰਦਾ, ਉਹ ਬੁੱਲਾ ਹੈ ਭੁੱਲਾ ਨਹੀਂ, ਖੂਬ ਚੋੜੀਆਂ ਭਰਦਾ ਏ, ਬਈ ਸਤੂ ਗੁਰੂ ਬਖਸ਼ਣ ਹਾਰੀ ਏ, ਭੰਡਾਰਾ ਉਸ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ, ਭੰਡਾਰਾ ਉਸ ਮੁਰਸ਼ਦ ਦਾ। ਸਤਨਾਮ ਜੀ ਨੇ ਬੇਗਮ ਪੁਰੇ ਦੇ ਬਾਦਸ਼ਾਹ ਬਣਾ ਦਿੱਤੇ, ਕੋਈ ਫਿਕਰ ਰਿਹਾ ਨਾ ਸੰਸੇ ਚੋਰੇ ਮਟਾ ਦਿੱਤੇ। ਸ਼ਾਹ ਸਤਨਾਮ ਜੀ ਨੇ ਬੇਗਮ ਪੁਰੇ ਦੇ ਬਾਦਸ਼ਾਹ ਬਣਾ ਦਿੱਤੇ, ਕੋਈ ਫਿਕਰ ਰਿਹਾ ਨਾ ਸੰਸੇ ਚੋਰੇ ਮਤਾ ਦਿੱਤੇ, ਬਈ ਜ਼ਿੰਦਗੀ ਵਿੱਚ ਮਹਾਰੀ ਏ, ਭੰਡਾਰਾ ਉਸ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ, ਭੰਡਾਰਾ ਉਸ ਮੁਰਸ਼ਦ ਦਾ ਜਿਨ੍ਹਾਂ ਨੇ ਦੁਨੀਆ ਤਾਰੀ ਏ, ਭੰਡਾਰਾ ਉਸ ਮੁਰਸ਼ਦ ਦਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸਤਿਗੁਰ ਦੀ ਪਿਆਰੀ ਸਾਧ ਸੰਗ ਜੀ, ਜੋ ਵੀ ਸੋਸ਼ਲ ਮੀਡੀਆ 'ਤੇ ਆਪਾਂ ਡੇਰੇ ਦੇ ਮਾਣਤਾ ਭਲਾਈ ਦੇ ਕੰਮ
ਸਾਧ ਸੰਤ ਕਰ ਰਹੀ ਹੈ ਤਾਂ ਉਹ ਸਕਰੀਨਾਂ 'ਤੇ ਆਪਾਂ ਆਈ ਟੀ ਵਿੰਗ ਦੀ ਜੋ ਵੀ ਜਾਣਕਾਰੀ ਸਪੀਚ ਹੈ ਉਹ ਆਪਾਂ ਦੇਖਣੀ ਹੈ ਜੀ। ਤਾਂ ਹੁਣ ਸਾਰਿਆਂ ਨੇ ਸਕਰੀਨਾਂ 'ਤੇ ਆਈ ਟੀ ਵਿੰਗ ਦੀ ਸਪੀਚ ਚਲੋ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਪਿਆਰੇ ਸਤਿਗੁਰੂ ਕੀ ਬਹੁਤ ਹੀ ਪਿਆਰੀ ਸਾਧ ਸੰਗਤ ਜੀ, ਆਪਕੋ ਦਰਬਾਰ ਮੇਂ ਸੰਬੰਧਿਤ ਬਹੁਤ ਜ਼ਰੂਰੀ ਜਾਣਕਾਰੀ ਦੀ ਜਾ ਰਹੀ ਹੈ। ਸਭੀ ਨੇ ਧਿਆਨ ਪੂਰਵਕ ਸੁਣਨਾ ਹੈ ਔਰ ਆਗੇ ਸੇ ਆਗੇ ਸਾਧ ਸੰਗਤ ਮੇਂ ਸ਼ੇਅਰ ਵੀ ਕਰਨਾ ਹੈ। ਆਪ ਸਭੀ ਕੋ ਦਰਬਾਰ ਕੇ ਆਫੀਸ਼ਲ ਅਕਾਊਂਟ ਕੇ ਬਾਰੇ ਮੇਂ ਬਤਾਇਆ ਜਾ ਰਹਾ ਹੈ। ਆਫੀਸ਼ਲ ਅਕਾਊਂਟ ਕਾ ਮਤਲਬ ਹੋਤਾ ਹੈ ਕਿ ਇਸ ਅਕਾਊਂਟ ਸੇ ਆਈ ਹੋਈ ਕਿਸੀ ਵੀ ਜਾਣਕਾਰੀ ਪਰ ਆਪ 100% ਵਿਸ਼ਵਾਸ ਕਰ ਸਕਤੇ ਹੈ ਔਰ ਆਗੇ ਸੇ ਆਗੇ ਸਾਧ ਸੰਗਤ ਮੇਂ ਸ਼ੇਅਰ ਵੀ ਕਰ ਸਕਤੇ ਹੈ। ਦਰਬਾਰ ਕੇ ਆਫੀਸ਼ਲ ਅਕਾਊਂਟ ਸੇ ਹਮ ਸਭ ਕੇ ਲੀਏ ਜੁੜਨਾ ਇਸ ਲੀਏ ਜ਼ਰੂਰੀ ਹੈ ਕਿਉਂਕਿ ਜਬ ਹਮ ਦਰਬਾਰ ਕੇ ਆਫੀਸ਼ਲ ਅਕਾਊਂਟ ਸੇ ਜੁੜ ਜਾਏਂਗੇ ਤੋ ਹਮੇ ਕੋਈ ਵੀ ਗੁੰਮਰਾਹ ਨਹੀਂ ਕਰ ਸਕਤਾ ਹੈ ਔਰ ਸਹੀ ਜਾਣਕਾਰੀ ਹਮ ਸਭੀ ਕੇ ਪਾਸ ਤੁਰੰਤ ਹਮਾਰੇ ਮੋਬਾਈਲ ਪਰ ਆ ਜਾਏਗੀ। ਸਬਸੇ ਪਹਿਲੇ ਫੇਸਬੁੱਕ ਪਰ ਪੂਜੇ ਗੁਰੂ ਜੀ ਕਾ ਆਫੀਸ਼ਲ ਪੇਜ ਸਕਰੀਨ ਪਰ ਦਿਖਾਇਆ ਜਾ ਰਹਾ ਹੈ। ਆਪਨੇ ਅੰਗੂਠੇ ਵਾਲੇ ਲਾਈਕ ਬਟਨ ਕੋ ਦਬਾ ਕਰ ਇਸ ਪੇਜ ਸੇ ਜੁੜ ਜਾਣਾ ਹੈ ਜਿਸਸੇ ਕਿ ਜਬ ਵੀ ਪੂਜੇ ਗੁਰੂ ਜੀ ਕੋਈ ਨਈ ਪੋਸਟ ਯਾ ਮੈਸੇਜ ਡਾਲਤੇ ਹੈ ਤੋ ਵੋ ਆਪਕੇ ਮੋਬਾਈਲ ਪਰ ਆ ਜਾਏਗਾ ਔਰ ਜਬ ਵੀ ਪੂਜੇ ਗੁਰੂ ਜੀ ਲਾਈਵ ਆਤੇ ਹੈ ਤੋ ਆਪਕੇ ਮੋਬਾਈਲ ਮੇਂ ਘੰਟੀ ਬਜ ਜਾਏਗੀ। ਪੂਜੇ ਗੁਰੂ ਜੀ ਕੇ ਇਸ ਆਫੀਸ਼ਲ ਪੇਜ ਕੀ ਪਹਿਚਾਨ ਆਪਨੇ ਇਸ ਫੇਸਬੁੱਕ ਪੇਜ ਕੇ ਫੋਲੋਅਰ ਕੀ ਸੰਖਿਆ ਸੇ ਕਰਨੀ ਹੈ। ਪੂਜੇ ਗੁਰੂ ਜੀ ਕਾ ਯੂਟਿਊਬ ਚੈਨਲ, ਯੂਟਿਊਬ ਪਰ ਪੂਜੇ ਗੁਰੂ ਜੀ ਕਾ ਆਫੀਸ਼ਲ ਚੈਨਲ ਸੇਂਟ MSG ਕੇ ਨਾਮ ਸੇ ਹੈ। ਆਪਨੇ ਇਸ ਤਰ੍ਹਾਂ ਸੇ ਸੇਂਟ MSG ਲਿਖ ਕਰ ਸਰਚ ਕਰਨਾ ਹੈ, ਉਸਕੇ ਬਾਅਦ ਇਸ ਤਰ੍ਹਾਂ ਸੇ ਕਲਿਕ ਕਰਕੇ ਅਕਾਊਂਟ ਕੋ ਖੋਲਨਾ ਹੈ। ਇਸ ਚੈਨਲ ਕੀ ਪਹਿਚਾਨ ਯੇ ਹੈ ਕਿ ਜਹਾਂ ਸੇਂਟ MSG ਲਿਖਾ ਹੈ ਉਸਕੇ ਸਾਥ ਹੀ ਸਹੀ ਯਾਨੀ ਟਿਕ ਕਾ ਨਿਸ਼ਾਨ ਮਿਲੇਗਾ। ਯੇ ਵੈਰੀਫਾਈਡ ਵਾਲਾ ਟਿਕ ਕਾ ਨਿਸ਼ਾਨ ਸਿਰਫ ਸੇਂਟ MSG ਕੇ ਆਫੀਸ਼ਲ ਅਕਾਊਂਟ ਪਰ ਹੀ ਮਿਲੇਗਾ। ਆਪਨੇ ਇਸੀ ਵੈਰੀਫਾਈਡ ਚੈਨਲ ਕੋ ਸਬਸਕ੍ਰਾਈਬ ਕਰਨਾ ਹੈ ਔਰ ਘੰਟੀ ਵਾਲੇ ਬਟਨ ਪਰ ਕਲਿਕ ਕਰਕੇ ਨੋਟੀਫਿਕੇਸ਼ਨ ਔਨ ਕਰ ਲੈਣੀ ਹੈ ਜਿਸਸੇ ਆਪਕੋ ਆਪਣੇ ਮੋਬਾਈਲ ਪਰ ਸਭੀ ਜਾਣਕਾਰੀ ਮਿਲਤੀ ਰਹੇਗੀ। ਪੂਜੇ ਗੁਰੂ ਜੀ ਕਾ ਇੰਸਟਾਗ੍ਰਾਮ ਅਕਾਊਂਟ, ਪੂਜੇ ਗੁਰੂ ਜੀ ਕਾ ਇੰਸਟਾਗ੍ਰਾਮ ਪਰ ਅਕਾਊਂਟ ਸੇਂਟ ਡਾਕਟਰ MSG ਕੇ ਨਾਮ ਸੇ ਹੈ। ਇਸਕਾ ਇੰਸਟਾਗ੍ਰਾਮ ਹੈਂਡਲ ਸੇਂਟ ਡਾਕਟਰ MSG ਇਨਸਾਨ ਹੈ। ਇਸ ਅਕਾਊਂਟ ਕੀ ਪਹਿਚਾਨ ਯੇ ਹੈ ਕਿ ਜਹਾਂ ਪੂਜੇ ਗੁਰੂ ਜੀ ਕਾ ਇੰਸਟਾਗ੍ਰਾਮ ਹੈਂਡਲ ਲਿਖਾ ਹੈ ਉਸਕੇ ਸਾਥ ਨੀਲੇ ਰੰਗ ਮੇਂ ਸਹੀ ਕਾ ਨਿਸ਼ਾਨ ਮਿਲੇਗਾ। ਆਪਨੇ ਇਸ ਅਕਾਊਂਟ ਕੋ ਫੋਲੋ ਵਾਲੇ ਬਟਨ ਕੋ ਦਬਾ ਕਰ ਫੋਲੋ ਕਰ ਲੈਣਾ ਹੈ ਔਰ ਉਸਕੇ ਬਾਅਦ ਘੰਟੀ ਵਾਲੇ ਬਟਨ ਪਰ ਕਲਿਕ ਕਰੇ। ਉਸਕੇ ਬਾਅਦ ਯੇ ਚਾਰ ਆਪਸ਼ਨ ਵੀ ਔਨ ਕਰ ਲੈਣੇ ਹੈ। ਸਾਥ ਹੀ ਗੋਜ਼ ਲਾਈਵ ਵਾਲੇ ਆਪਸ਼ਨ ਪਰ ਜਾ ਕਰ ਗੈਟ ਆਲ ਨੋਟੀਫਿਕੇਸ਼ਨ ਵਾਲੇ ਬਟਨ ਕੋ ਔਨ ਕਰ ਲੈਣਾ ਹੈ। ਇਸਸੇ ਜਬ ਵੀ ਕੋਈ ਲਾਈਵ ਵੀਡੀਓ ਆਏਗੀ ਤੋ ਉਸਕੀ ਨੋਟੀਫਿਕੇਸ਼ਨ ਆਪਕੇ ਮੋਬਾਈਲ ਪਰ ਆ ਜਾਏਗੀ। ਪੂਜੇ ਗੁਰੂ ਜੀ ਕਾ ਐਕਸ ਅਕਾਊਂਟ, ਸਭੀ ਸਾਧ ਸੰਗਤ ਕੋ ਸੂਚਿਤ ਕੀਆ ਜਾਤਾ ਹੈ ਕਿ ਅਬ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਕਾ ਨਾਮ ਬਦਲ ਕਰ ਐਕਸ ਹੋ ਗਿਆ ਹੈ। ਪੂਜੇ ਗੁਰੂ ਜੀ ਕਾ ਐਕਸ ਐਪ ਪਰ ਆਫੀਸ਼ਲ ਅਕਾਊਂਟ @ ਗੁਰਮੀਤ ਰਾਮ ਰਹੀਮ ਕੇ ਨਾਮ ਸੇ ਹੈ। ਆਪਨੇ ਸਿਰਫ ਇਸੀ ਅਕਾਊਂਟ ਕੋ ਹੀ ਸਰਚ ਕਰਕੇ
ज्यादा से ज्यादा फॉलो करना है और करवाना है। इसकी पहचान ये है कि जहाँ डॉक्टर गुरमीत राम रहीम लिखा है उसके साथ नीले रंग में सही का निशान मिलेगा। आपने इस अकाउंट को फॉलो वाले बटन को दबाकर फॉलो कर लेना है और घंटी वाले बटन पर क्लिक करके नोटिफिकेशन ऑन कर लेनी है, जिससे कि पूज्य गुरुजी द्वारा भेजी गई जानकारी आपके मोबाइल पर मिलती रहे। पूज्य गुरुजी की वेबसाइट। प्यारी साध संगत जी, आप पूज्य गुरुजी की ऑफिशियल वेबसाइट पर जाकर गुरुजी से संबंधित अन्य और महत्वपूर्ण जानकारी ले सकते हैं। इसके लिए आप अपने फोन या लैपटॉप के ब्राउजर में जाकर www.saintdrmsginsan.me लिखकर वेबसाइट खोल सकते हैं जी। अब आपको डेरा सच्चा सौदा दरबार के सोशल मीडिया अकाउंट के बारे में जानकारी दी जा रही है। डेरा सच्चा सौदा दरबार का यूट्यूब चैनल। दरबार का यूट्यूब ऑफिशियल चैनल डेरा सच्चा सौदा के नाम से है। YouTube पर इस तरह से आपने डेरा सच्चा सौदा लिखकर सर्च करना है। इसके बाद इस तरह से क्लिक करके अकाउंट को खोलना है जी। इस चैनल की पहचान ये है कि जहां डेरा सच्चा सौदा लिखा है उसके साथ सही यानी टिक का निशान मिलेगा। ये वेरीफाइड वाला टिक का निशान सिर्फ डेरा सच्चा सौदा के ऑफिशियल चैनल पर ही मिलेगा। इसी चैनल को आपने सब्सक्राइब करना है और घंटी वाले बटन पर क्लिक करके नोटिफिकेशन ऑन कर लेनी है, जिससे आपको मोबाइल पर लाइव नाम चर्चा सत्संग के साथ साथ सभी जानकारी मिलती रहेगी जी। इसी तरह आपसे दरबार की कोई भी वीडियो मिस भी नहीं होगी। डेरा सच्चा सौदा दरबार का एक्स अकाउंट। एक्स ऐप पर दरबार का ऑफिशियल अकाउंट डेरा सच्चा सौदा के नाम से है। इसकी पहचान ये है कि जहां डेरा सच्चा सौदा लिखा है उसके साथ नीले रंग में सही का निशान मिलेगा। आपने इस अकाउंट को फॉलो वाले बटन को दबाकर फॉलो कर लेना है जी और घंटी वाले बटन पर क्लिक करके नोटिफिकेशन ऑन कर लेनी है, जिससे कि दरबार की सभी जानकारी आपके मोबाइल पर मिलती रहे जी। डेरा सच्चा सौदा दरबार का इंस्टाग्राम अकाउंट। इंस्टाग्राम पर दरबार का ऑफिशियल अकाउंट डेरा सच्चा सौदा के नाम से है और इसका इंस्टाग्राम हैंडल DSS_ORG है। इस ऑफिशियल अकाउंट की पहचान आपने इससे जुड़ने वाले फॉलोअर्स की संख्या से करनी है। आपने इस अकाउंट को फॉलो वाले बटन को दबाकर फॉलो कर लेना है और फिर घंटी वाले बटन पर क्लिक करें। इसके बाद ये चार ऑप्शन भी ऑन कर लें। साथ ही गोज लाइव वाले ऑप्शन पर जाकर गेट ऑल नोटिफिकेशन वाले बटन को ऑन कर लेना है। इससे जब भी दरबार से कोई लाइव वीडियो आएगी तो उसकी नोटिफिकेशन भी आपके मोबाइल पर आ जाएगी जी। डेरा सच्चा सौदा दरबार का फेसबुक पेज। फेसबुक पर दरबार का ऑफिशियल पेज डेरा सच्चा सौदा के नाम से है। इस ऑफिशियल पेज की पहचान ये है कि जहां डेरा सच्चा सौदा लिखा है उसके साथ नीले रंग में सही यानी टिक का निशान मिलेगा। जहां आपको ये पहचान मिल जाए तो आप अंगूठे वाले बटन को दबाकर इस पेज से जुड़ जाएं, ताकि दरबार से जब भी कोई जानकारी या लाइव नाम चर्चा सत्संग आएगी तो उसकी नोटिफिकेशन भी आपके मोबाइल पर आ जाएगी जी।
डेरा सच्चा सौदा दरबार की वेबसाइट। साथ संगत जी, ये डेरा सच्चा सौदा दरबार की ऑफिशियल वेबसाइट है। आप इस वेबसाइट पर जाकर दरबार से संबंधित अन्य और महत्वपूर्ण जानकारी ले सकते हैं। इसके लिए कर www.derasachasauda.org लिखकर वेबसाइट खोल सकते हैं और डेरा सच्चा सौदा दरबार के बारे में जानकारी प्राप्त कर सकते हैं जी। धन धन सद्गुरु, तेरा ही आसरा। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਪ੍ਰੇਮੀ ਪ੍ਰੀਤਮ ਸਿੰਘ ਜੀ ਠੂਰ ਸ਼ਬਦ ਬੋਲ ਰਹੇ ਹਨ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸ। ਹੁੱਲਾ ਲੈ ਪੱਕੇ ਨਾਲ ਯਾਰੀ, ਹੋ ਛੱਡ ਪਰ ਕੱਚਿਆਂ ਨੂੰ। ਹੁੱਲਾ ਲੈ ਪੱਕੇ ਨਾਲ ਯਾਰੀ, ਹੋ ਛੱਡ ਪਰ ਕੱਚਿਆਂ ਨੂੰ। ਦੁਨੀਆ ਝੂਠ ਪਟਾਰੀ, ਦੁਨੀਆ ਝੂਠ ਪਟਾਰੀ, ਉਹ ਪਾਲੇ ਕਿੱਥੋਂ ਸੱਚਿਆਂ ਨੂੰ। ਲਾਲ ਲਾਲ ਪੱਕੇ ਨਾਲ ਯਾਰੀ, ਉਹ ਛੱਡ ਪਰ ਕੱਚਿਆਂ ਕੱਚ ਕੇ ਮਾਹਣਾ, ਕੱਚੇ ਨੇ ਨਾ ਪਾਰ ਲਗਾਉਣਾ। ਕੱਚੇ ਨੇ ਨਾ ਕੱਚ ਕੇ ਮਾਹਣਾ, ਕੱਚੇ ਨੇ ਨਾ ਪਾਰ ਲਗਾਉਣਾ। ਡੋਬ ਦੇਣਾ ਮਜਦਾਰੀ, ਡੋਬ ਦੇਣਾ ਮਜਦਾਰੀ, ਉਹ ਛੱਡ ਪਰ ਕੱਚਿਆਂ ਨੂੰ। ਲਾਲ ਲਾਲ ਪੱਕੇ ਨਾਲ ਯਾਰੀ, ਉਹ ਛੱਡ ਪਰ ਕੱਚਿਆਂ ਨੂੰ।
ਦੋਨੇ ਆਪਣਾ ਆਪਣਾ ਕਹਿੰਦੇ ਭੀੜ ਪਈ ਤੋ ਥਿਰ ਨਾ ਰਹਿੰਦੇ ਹੋ ਦੋਨੇ ਆਪਣਾ ਆਪਣਾ ਕਹਿੰਦੇ ਭੀੜ ਪਈ ਤੋ ਥਿਰ ਨਾ ਰਹਿੰਦੇ ਜਾਂਦੇ ਮਾਰ ਉਡਾਰੀ ਜਾਂਦੇ ਮਾਰ ਉਡਾਰੀ ਉਹ ਕੱਚੇ ਨੇ ਨਿਭਣਾ ਨਹੀਂ ਲਾਲ ਲਾਲ ਉਹ ਲਾਲ ਪੱਕੇ ਨਾਲ ਯਾਰੀ ਉਹ ਛੱਡ ਪਰ ਕੱਚਿਆਂ ਨੂੰ ਪਰਖ ਲੈ ਤੇ ਟਣਕਾ ਲੈ ਚੱਜ ਗਿਆ ਤਹਾਂ ਗੁਰੂ ਬਣਾ ਲੈ ਪੱਕਾ ਪਰਖ ਲੈ ਤੇ ਟਣਕਾ ਲੈ ਚੱਜ ਗਿਆ ਤਹਾਂ ਗੁਰੂ ਬਣਾ ਲੈ ਨਾ ਕਰ ਸੋਚ ਵਿਚਾਰੀ ਨਾ ਕਰ ਸੋਚ ਵਿਚਾਰੀ ਉਹ ਕੱਚੇ ਨੇ ਨੀ ਬਣਾ ਨਹੀਂ ਲਾਲ 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 ਪੱਕੇ ਨਾਲ ਯਾਰੀ ਉਹ ਛੱਡ ਪਰ ਕੱਚਿਆਂ ਨੂੰ ਸੱਚੀਆਂ ਗੂੜ ਪਰੀਤਾਂ ਪਾਲੈ ਸਤਿਗੁਰ ਸੱਜਣ ਮਿੱਤਰ ਬਣਾ ਲੈ ਸੱਚੀਆਂ ਗੂੜ ਪਰੀਤਾਂ ਪਾਲੈ ਸਤਿਗੁਰ ਸੱਜਣ ਮਿੱਤਰ ਬਣਾ ਲੈ ਸੱਚੀਆਂ ਗੂੜ ਪਰੀਤਾਂ ਪਾਲੈ ਸਤਿਗੁਰ ਸੱਜਣ ਮਿੱਤਰ ਬਣਾ ਲੈ ਫਿਰ ਦੇਖੀ ਯਾਰ ਦੀ ਯਾਰੀ ਫਿਰ ਦੇਖੀ ਯਾਰ ਦੀ ਯਾਰੀ ਉਹ ਛੱਡ ਪਰ ਕੱਚਿਆਂ ਨੂੰ ਲਾਲ ਪੱਕੇ ਨਾਲ ਯਾਰੀ ਉਹ ਛੱਡ ਪਰ ਕੱਚਿਆਂ ਨੂੰ ਸਤਨਾਮ ਜਗਤਾਰ ਨਿਰਾਲਾ ਮੀਤ ਨਾ ਜ਼ਿਲਾ ਜੋ ਰੱਖਣ ਵਾਲਾ ਕਾ ਸਤਨਾਮ ਦੂਤਾ ਨਿਰਾਲਾ ਮੀਤ ਸਭ ਦੀ ਲਾਜੂ ਰੱਖਣ ਵਾਲਾ ਦੋਨਾਂ ਜਹਾਨ ਸਰਦਾਰੀ ਦੋਨਾਂ ਜਹਾਨ ਸਰਦਾਰੀ ਉਹ ਕੱਚੇ ਨੇ ਨਹੀਂ ਬਣਾ ਰਹੀ ਲਾਲ ਲਾਲ
ਲਾਲ ਪੱਕੇ ਨਾਲ ਯਾਰੀ ਉਹ ਛੱਡ ਪਰ ਕੱਚਿਆਂ ਨੂੰ ਲਾਲ ਪੱਕੇ ਨਾਲ ਯਾਰ ਛੱਡ ਪਰ ਕੱਚਿਆਂ ਨੂੰ ਦੁਨੀਆ ਝੂਠ ਪਟਾਰੀ ਦੁਨੀਆ ਝੂਠ ਪਟਾਰੀ ਉਹ ਪਾਲੇ ਕਿਤੋਂ ਸੱਚਿਆਂ ਨੂੰ ਲਾਲ ਪੱਕੇ ਨਾਲ ਯਾਰ ਉਹ ਛੱਡ ਪਰ ਕੱਚਿਆਂ ਨੂੰ ਲਾਲ ਪੱਕੇ ਨਾਲ ਯਾਰ ਛੱਡ ਪਰ ਕੱਚਿਆਂ ਨੂੰ ਲਾਲ ਪੱਕੇ ਨਾਲ ਯਾਰ ਉਹ ਕੱਚੇ ਨੇ ਨਿਭਣਾ ਨਹੀਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਖੁਸ਼ੀ ਹੈ ਇਹ ਜੋ ਮਹੀਨਾ ਅਪ੍ਰੈਲ ਮਹੀਨਾ ਸਾਡੇ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਮਹੀਨਾ ਸਾਧ ਸੰਗਤ ਬੜੇ ਧੂਮਧਾਮ ਨਾਲ ਮਨਾ ਰਹੀ ਹੈ ਤਾਂ ਅਸੀਂ ਸਾਰੀ ਸਾਧ ਸੰਗਤ ਨੇ ਜੋ ਅੱਜ ਪੰਜਾਬ ਦੀ ਸਾਧ ਸੰਗਤ ਰੂਹਾਨੀ ਸਥਾਪਨਾ ਦਿਵਸ ਭੰਡਾਰਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਮਨਾ ਰਹੀ ਹੈ ਤਾਂ ਸਾਰੀ ਸਾਧ ਸੰਗਤ ਨੇ ਹਜ਼ੂਰ ਮਹਾਰਾਜਿਆਂ ਨੂੰ ਔਰ ਸਾਰੀ ਸ੍ਰਿਸ਼ਟੀ ਨੂੰ ਇੱਕ ਨਾਰੇ ਦੇ ਰੂਪ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਨਾਰਾ ਲਾ ਕੇ ਆਪਾਂ ਹਜ਼ੂਰ ਮਹਾਰਾਜਿਆਂ ਔਰ ਸਾਰੀ ਸ੍ਰਿਸ਼ਟੀ ਨੂੰ ਵਧਾਈ ਦੇਣੀ ਹੈ ਜੀ ਦੋ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ ਹੁਣ ਸਾਰੀ ਸਾਧ ਸੰਗਤ ਨੇ ਸਾਰੀ ਸਾਧ ਸੰਗਤ ਨੇ ਹਜ਼ੂਰ ਮਹਾਰਾਜਿਆਂ ਦੇ ਰਿਕਾਰਡਿੰਗ ਵਚਨ ਬੜੇ ਪ੍ਰੇਮ ਨਾਲ ਸੁਣਨਾ ਹੈ ਸਾਰਿਆਂ ਨੇ ਪ੍ਰੇਮ ਪੂਰਵਕ ਬੈਠ ਕੇ ਆਪਣੇ ਮਨ ਨੂੰ ਇਕਾਗਰ ਕਰਦੇ ਹੋਏ ਸ਼ੋਰ ਨੂੰ ਬੰਦ ਕਰਦੇ ਹੋਏ ਬੜੇ ਪ੍ਰੇਮ ਨਾਲ ਬੜੇ ਧਿਆਨ ਨਾਲ ਹਜ਼ੂਰ ਮਹਾਰਾਜਾਂ ਦਾ ਇੱਕ ਇੱਕ ਵਚਨ ਸਾਰੀ ਸਾਧ ਸੰਗਤ ਨੇ ਸਰਵਣ ਕਰਨਾ ਹੈ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਸੱਚੇ ਸੌਦੇ ਕਾ ਮਕਸਦ ਕਿਆ ਹੈ ਸੱਚਾ ਓਮ ਹਰੀ ਅੱਲਾ ਵਾਹਿਗੁਰੂ ਰਾਮ ਹੈ ਵੋ ਸੱਚ ਥਾ ਸੱਚ ਹੈ ਔਰ ਸੱਚ ਰਹੇਗਾ ਵੋ ਨਾ ਬਦਲਾ ਥਾ ਨਾ ਬਦਲਾ ਹੈ ਨਾ ਕਭੀ ਬਦਲੇਗਾ ਜਿਸੇ ਓਮ ਹਰੀ ਅੱਲਾ ਵਾਹਿਗੁਰੂ ਗੋਡ ਕਹਾ ਜਾਂਦਾ ਹੈ ਤੋ ਸੱਚਾ ਤੋ ਹੋ ਗਿਆ ਪਰਮਾਤਮਾ ਸੌਦਾ ਬਿਜਨਸ ਵਪਾਰ ਕੌਨ ਸਾ ਸੌਦਾ ਸੌਦੇ ਸੇ ਲਗਤਾ ਹੈ ਸੌਦੇਬਾਜ਼ੀ ਚਲਤੀ ਹੈ ਜੀ ਹਾਂ ਯਹਾਂ ਚਲਤੀ ਹੈ ਕੌਣ ਸੀ ਸੌਦੇਬਾਜ਼ੀ ਆਪ ਆਪਣੇ ਬੁਰੇ ਕਰਮ ਲਿਆਓ ਆਪ ਨਸ਼ਾ ਲਿਆਓ ਜਿਤਨੀ ਬੁਰਾਈਆਂ ਕਰਤੇ ਹੋ ਜੋ ਆਪਣੇ ਸਰੀਰ ਮੇ ਲੈ ਕੇ ਨਸ਼ਾ ਜੋ ਘੁੰਮ ਰਹੇ ਹੋ ਉਹ ਜੋ ਆਪਕੀ ਆਦਤੇ ਨਸ਼ਾ ਬਣ ਚੁੱਕੀ ਹੈ
वो नहीं बाहर वाला ना ले आना कहीं सोचो गुरु जी ने मंगवाया है ना भाई ना। कहने का मतलब आपका शरीर जो आदि हो चुका वो नशे का ही तो घर है, उसको ले आओ, बुरी आदतें ले आओ, अरे अपने पाप गुनाह ले आओ। और ओम हरि अल्लाह वाहिगुरु की कृपा से, शास्त्र नाम शाह मस्तान की कृपा से यहां दे जाओ, बदले में अनमोल राम का नाम, अल्लाह वाहिगुरु गौड़ का नाम ले जाओ। जो घर में बैठ के जितना जाप करते रहोगे, जितना उसे लगाते रहोगे दिलो दिमाग रूपे, उतना ही चेहरे पे नूर आएगा, घर में बरकतें आएंगी, बिजनेस व्यापार जो भी काम धंधा आप करते हैं उनमें आपको और तरक्कियां हासिल होंगी। तो ये सच्चा सौदा, सौदा ये है। यहां पे और चढ़ावा नहीं, ये चढ़ावे चढ़ते हैं। क्या कोई पैसे की बात नहीं होती? जी बिल्कुल होती है, प्रेरित किया जाता है। सच्चा दान कौन सा है? क्यों सच्चा सौदा, सच से ही शुरू करते हैं। सच्चा दान कौन सा है? क्योंकि हमारे धर्मों में सभी में दान निकालने की प्रथा है। कोई तीसरा, कोई सातवां, कोई दसवां, कोई पंद्रहवां हिस्सा निकालने की चर्चा करते हैं हमारे संत पीर पैगंबर गुरु साहिबान महापुरुष, और उन्होंने सही कहा, सच कहा। समय के अकॉर्डिंग रेशो कम ज्यादा होता रहा, लेकिन वो सच है। सौ में से एक रुपया निकालो, दस निकालो, बीस निकालो, पंद्रह निकालो, जितने आप निकाल सकते हो उसको निकालो, अपने घर में रख लो। या तो कोई संत सदगुरु पूर्ण हो, वो कहे फलां जगह लगाओ, वो कहां लगवाता है? बेसहारों का आसरा बनाओ, दीन दुखियों का इलाज करवाओ, जो पढ़ नहीं पा रहे दुनियावी ज्ञान के साथ साथ राम नाम से जोड़ो, नशेड़ियों का नशा छुड़वाओ, ऐसी जगह बनाओ यहां आके बैठ के लोग राम नाम गा सकें। ठेके खुलते हैं, कोई चर्चा ही नहीं होती। अरे ऐसा जगह खोलो यहां पे बैठ के राम नाम का नशा हर कोई ले सके, अल्लाह वाहिगुरु के नाम का नशा ले सके, ऐसी जगह बनाओ। दूसरे शब्दों में पैसे को अपने घर में रखो, या तो संत पीर फकीर ऐसा कहे, या फिर आप देखो आपके इर्द गिर्द कोई दुखी परेशान दर्द से तड़फता हुआ पशु पक्षी परिंदा इंसान मिल जाए, पहले तौर पे उसका जाके इलाज करो। दूसरा, कोई बेटी है, आज के समाज के अकॉर्डिंग बड़ा अजीबोगरीब समय आ रहा है, किसी के पास इतना पैसा नहीं, मजबूर है कि बेटी की शादी नहीं कर पा रहा, जाओ उसकी मदद करके बेटी की शादी करवाओ। कोई मजबूर है, अपने बच्चों को पढ़ाना चाहता है लेकिन पैसा नहीं, जाओ किताबें देके फीस भर के उसकी शिक्षा पूर्ण करवाओ, ताकि वो बच्चा अपने पैरों पे खड़े, पूरे घर का फैसला वो खुद करेगा, यानी वो पूरे घर को स्वर्ग बना देगा, वो पूरे घर को पार उतारा करवाएगा, पूरे घर का एक स्तंभ बन जाएगा जिसके चलते रोटी के लाले नहीं पड़ेंगे। आपने एक को नहीं पूरे घर को ही बदल के रख दिया आपके थोड़े से दान ने। सही जगह पे अगर दान कर दिया जाए, उस पैसे का कई गुना बढ़ के सुख, कई गुना बढ़ के वो बन के आता है, दया मेरे राम की लेके आता है। आपकी औलाद को कोई गाड़ी के नीचे आने से बचा ले बाजू पकड़ के, तो आप क्या कह देते हैं? अगर आप अच्छे इंसान हैं, आप वाकई इंसानियत के पुजारी हैं, तो आप कहेंगे उस बचाने वाले को
यार तूने मेरी बेटी को बचाया, पूरी उम्र में तेरा कर्जदार हो गया। कहते हैं ना अच्छे लोग, और थोड़ा सा कम होगा तो यार कोई इनाम ले ले, कुछ पैसा ले ले, जरूर आप उसे कुछ, और नहीं तो कम से कम खाना तो खिलाओगे खिलाओगे, यारी दोस्ती भी हो जाएगी। तो आपके बच्चे को जिसने बचाया उसके लिए आपके अंदर इतनी भावना आ गई, और अगर आप भगवान की औलाद को कोई ना कोई सहयोग करोगे, उसको बचाओगे, तो क्या भगवान आदमी से कमजोर है? वो भी कोई कमी नहीं छोड़ेगा, खुशियों के ढेर लगा देगा। ये है सच्चा दान। अगर कर सको, सच बोलो, सच पे चलो और सच की पैरवाई करो। सच बोलना आसान बात नहीं, बच्चों के आगे आप झूठ बोलते रहते हैं, मियां बीबी एक दूसरे के आगे झूठ बोलते रहते हैं, समाज तो फिर आगे आ गया ना, मां बाप के सामने झूठ, मां बाप बच्चों के सामने झूठ, कई तो इतने ठोकते हैं उनको ये नहीं पता लगता सच कौन सा है, सारा दिन झूठ के पुजारी, जो भी आया हर किसी को बेटा ही बेटा देना, कहने का मतलब तेरा कर दूंगा, तेरा हो जाएगा, तेरा होगा, यानी सारा ही फ्यूचर का, वर्तमान का कुछ भी नहीं, निकले मैं अभी करता हूं ना, होगा, देखेंगे, कर देंगे। तो चर्चाएं यही चलती है समाज में, आपस में, घरों में भी, फिक्र ना कर हम कर देंगे, और फिर तो मैं तो भूल गया, बड़ा आसान साहब एक बड़ा शब्द बढ़िया है, मैं तो भूल गया, ये नहीं पता कि तू भूलने के लिए ही बोला था, करना तो था ही नहीं। तो इस तरह आज के दौर में सच बोलना अपने आप में एक चैलेंज है, बहुत बड़ा चैलेंज, जिसे कोई मालिक का प्यारा ही मंजूर कर सकता है, मालिक का प्यारा ही निभा सकता है। तो हम ये नहीं कहते कि 100% आप सच कहें, क्यों, कहां बोलना चाहिए, कभी ऐसा बोलना भी पड़ जाए। उदाहरण के तौर पे आपका खेत है और एक मृग भागा हुआ आ रहा है, हिरण, पीछे शिकारी लगा हुआ है, वो आपके खेत में घुस गया, शिकारी को पता नहीं चला, दौड़ता हुआ आ रहा है, तो वो आके आपसे पूछता है, हिरण को देखा? तो आप कहेंगे हाँ, किधर गया? क्या बोलेंगे आप? अगर आपके खेत में गया तो क्या कहोगे? इधर गया। तो आपने बिना वजह वो सच बोल के पाप मोल ले लिया, क्योंकि वो वहां जाएगा और उसको मार देगा, छोटा सा झूठ। अगर उस टाइम आप ये कह देते हैं कि भाई आया जरूर था, मेरा ध्यान नहीं था, इधर निकल गया होगा, हालांकि पूरा झूठ भी नहीं, पूरा सच भी नहीं, देखा था आपने, आपको पता भी है, लेकिन पता को छुपा दिया कि मेरा ध्यान नहीं, शायद इधर गया हो, शायद लगा दिया, तो और झूठ छोटा हो गया। और ये छोटे से गोलमोल कहते हैं इसको, करने से आपने एक जीव की जिंदगी बचा दी, तो बताइए सच बड़ा कि वो गोलमोल किया हुआ थोड़ा सा झूठ। किसी की जिंदगी बच जाए, वो जो आपने थोड़ी सी बात को घुमाया, हमें लगता नहीं कि वो सच से कम है, बल्कि सच से 100 गुना आगे है। और सही रास्ता सच्चे सौदे में जिंदगी जीने का सिखाया जाता है। जीव हत्या नहीं करना, नशे नहीं करना। बचपन में आप मालिक के नाम से जुड़ सकते हैं, छोटी सी उम्र में बोलना सीख जाए बच्चा, सुनना सीख जाए, थोड़ा समझना सीख जाए, तो राम नाम से जुड़ सकता है, क्योंकि नन्ना सा बीज जब छोटा सा पौधा होता है, जैसे उसको खाद पानी दिया जाएगा, किसान भाई जानते हैं, वो पौधा वैसा ही पनपेगा, वैसा ही बढ़ेगा, और बड़ा होके वैसी छाया और वैसे फल फूल देगा।
तो ये सच्चे सौदे में है कि छोटे से बच्चे को भी आप राम नाम से जोड़ें, ताकि वो ऐसा वट वृक्ष बन जाए खुशबूदार फलों से लदा हुआ, जो पूरे समाज को अपनी महक से महका दे। इस रास्ते पे चलिए। सच्ची जवानी क्या होती है, सच्चा बचपन क्या होता है? बचपन में जो राम नाम से जुड़ जाते हैं, जवानी में भी जो राम नाम से जुड़ जाते हैं, वो अपने आप में अब्बल दर्जी के भक्त कहलाते हैं। ये समय बताता है, चाहे वो ध्रुव हो चाहे वो प्रहलाद हो, जिनका नाम आज भी अमर है और अमर ही रहेगा। तो बचपन की भक्ति सर्वोत्तम मानी जाती है, जवानी की भक्ति सर्वोत्तम मानी जाती है, क्योंकि उस आयु में फिसलने का डर बहुत ज्यादा होता है। हालांकि अब कलयुग आ गया, तजुर्बेकार ज्यादा फिसल रहे हैं कि तजर्बा ले लिया समाज का, अब मुझे पता है कैसे दांव चलाना है, अच्छे से तजर्बा आ गया, तो वो भी फिसल रहे हैं। लेकिन जवानी की उम्र ऐसी बेपरवाह, ने एक भजन में लिखा, गदा पचीसी उम्रा जोर जवानी का, कि जवानी की उम्र में गधा पचीसी बात नहीं सुनता, दुलती झाड़ देता है और पार्टी शाटी और पैग शेग, वो शेग होगा शायद कोई और डंगा होगा जो आजकल चल पड़ा, तो ये चीजें मारना ही अच्छी चीज समझ, इंजॉय कर रहे हैं। काहे की इंजॉय, बॉडी आपकी नाश हो रही है, पैसा आपका बर्बाद हो रहा है, शरीर आपका बर्बाद हो रहा है, परिवार आपका बर्बाद हो रहा है, समाज को भी बर्बाद करने पे आप तुले हैं। किस चीज की इंजॉयमेंट है ये, हमें तो बड़ा अजीब लगता है सुन सुन के। छोटे छोटे बच्चों को वो नॉलेज है जो हमारे टाइम में शायद 20-25 साल के बच्चे को हुआ करता था, उससे पहले हो सकता है 25 साल हमारे टाइम में मान लीजिए 18-20 साल के बच्चे को पता चलता था, आज 5-7 साल के बच्चे को ज्यादा ज्ञान हो गया है। सुनिए उनकी बातें, बड़ी फॉरेन कंट्री की बातें चलती हैं, उसको लगता है हम फॉरेनर बन के बेटा रहेगा यहीं का ही, जितने मर्जी बोल ले, जितने मर्जी इंग्लिश को उस तरीके से बोल ले, रहेगा तो भारतीय ही, और तुझे तो गर्व करना चाहिए मैं भारतीय हूं। ये कमजोरी नहीं है, क्योंकि हमारे जैसा कल्चर आपको बता चुके हैं, जो पवित्र वेदों ने बताया, सारे धर्मों ने बताया, ऐसी सभ्यता ऐसा कल्चर पूरी दुनिया में कहीं भी नहीं है। तो हमें गर्व होना चाहिए, हमें तो बेइंतहा गर्व है कि हमने उस देश में जन्म लिया जिसकी संस्कृति नंबर वन पे है, हमने उस देश में जन्म लिया जिसमें पाक पवित्र वेदा पढ़े जाते हैं, सिखाए जाते हैं, और सारे धर्मों के पवित्र ग्रंथों की रचना हुई है, जो हमारे धर्मों को एक नई दिशा देने के लिए प्रहरी का काम ही नहीं, एक महापुरुष का काम कर रहे हैं, गुरु संत पीर पैगंबरों का काम कर रहे हैं। पर कोई उनको पढ़े तो ना, कोई उन पे अमल करे तो ना, इसलिए पीर फकीर आते हैं, उनकी बात सुनाते हैं, संतों की, गुरु साहबानों की, पीर पैगंबरों की, और सिखाते हैं कि भाई सुनो, हमारा धर्म हमें क्या कह रहा है। हमें कोई भी सज्जन, जितने आप लाइव बैठे हो, अगर आपको लगे हम गलत कह रहे हैं या आपको कोई अलग बात आती तो बताना, क्या हमारे किसी धर्म ने कहा है कहीं लिखा हो शराब पियो, तंबाकू खाओ, ड्रग, ये जो चिट्टा काला पीला नीला जो भी आ गया, बॉम्बे में तो म्याऊं भी आया हुआ था, हमने कहते म्याऊं लेना, म्याऊं क्या है, कहते ये नशा है, तब पता चला जब कई लोग मर गए उससे, बड़ा दर्द हुआ, केमिकल होते हैं, जुराब सूंघते हैं लोग नशे के लिए, अजीबोगरीब आयोडेक्स,
और पता नहीं क्या क्या छिपकली, पता नहीं क्या क्या चीजें हैं। तो ये नशे बर्बादी का घर हैं। तो कौन से धर्म में लिखा है इन नशों को करा करो, जरा बताइए किस धर्म में इजाजत दी है। इंसान तो हैं पर साथ में कोई ना कोई धर्म जुड़ा हुआ है, सरनेम जुड़ा हुआ है, सिर्फ इंसान नहीं है आप। इंसान तो वो है जो सबको एक माने, हैं बहुत सारे इंसान, आज बन चुके हैं करोड़ों इंसान, लेकिन ज्यादातर जो नए बहन भाई बैठे हैं, हम चर्चा उनकी कर रहे हैं कि सरनेम लगा हुआ है, तो हमें जरूर बताइए अगर आप हिंदू हैं, आप मुस्लिम हैं, सिख हैं, ईसाई हैं, या किसी भी धर्म से ताल्लुक रखते हैं। अभी आपने कहा इन धर्मों में लिखा नहीं कि नशा करना चाहिए, तो जब ठेकों के आगे लाइन लगा के खड़े होते हो वो कौन होता है? धर्मों ने तो कहा है कि नशा नहीं करना। वो जो आप चम्मच में डाल के या सिगरेट में या पन्नी में डाल के सूंघ रहे होते हो, वो कौन से धर्म बड़ा होता है? क्योंकि ना हिंदू हो सकता है, ना मुस्लिम, ना सिख, ना ईसाई, ये तो हमारी गारंटी है, क्योंकि उन्होंने तो लिखा है नशा करना ही नहीं। फिर कौन सा होता है तब आपका धर्म? क्यों धर्मों को बदनाम कर रहे हो? अरे हमारे गुरु संत पीर पैगंबरों ने, महापुरुषों ने हमें कितनी बड़ी विरासत दी है कि हम धर्मों को माने तो इस धरती पे स्वर्ग बन जाएगा। हम आपको गारंटी देते हैं इस मिनट आप मानो अगले मिनट इस धरती पे स्वर्ग बन जाएगा। अपने अपने धर्मों को मान के दिखा दो, दिखावा मत करो, ढोंग ढकोसले मत करो। तो इस तरह से आप सच्ची बात को सुने, और ये सच्ची बात सच्चा सौदा में सिखाई जाती है, कड़वा सच। पहले बुखार चढ़ता था, एक दवा दी जाती थी, कुनैन। आजकल तो शुगर कोटेड हो गई। हमने अपनी आंखों से देखा, बचपन में देखा, वो एक आध बार पी भी है, तो कि कैसी होती है? तो वो दूध पहले ही चीनी डाल के और उसमें यूं पूरा सारा दिन कड़ा हुआ दूध होता था, उसको पूरा चीनी ऐसे गच कर देते थे, और बच्चे का नाक पकड़ा, मुंह में डाला, कड़क अंदर, पर मुंह इतना कड़वा, कितनी चीनी पीते रहो मतलब ही नहीं। पर बाद में पता चलता है इसने तो बुखार उड़ा दिया। तो सच्चे सौदे की जो सच्ची बात है ना, थोड़ा सा शुगर कोटेड कुनैन तो जरूर है, पहले वाली कुनैन नहीं है, फिर तो कोई खाएगा ही नहीं। पर सच्ची बातें हैं, राम की बातें हैं, अल्लाह वाहिगुरु गॉड की बातें हैं, इसलिए कड़वी किनको लगती हैं? जो नशे के व्यापारी हैं, जो ढोंग ढकोसला करता है, जो बुरे कर्म करता है, उसको लगता है यार मेरी सारी दुकानें बंद हो जाएंगी। अगर सारे इस पे अमल करने लग गए, अगर सारे लोग अपने अपने धर्मों को मानने लग गए, तो फिर तो नशे की तो कोई जगह ही नहीं। तो नशे को छुड़ाना एम है सच्चे सौदे का। क्यों क्यों है ये एम? सच्ची बात, फिर सच्चा सौदा ये है कि जो मालिक की औलाद है वो सच्चे सौदे के संत पीर फकीर की भी औलाद होती है। वैसे हर संत की औलाद होती है। क्यों? जो भगवान को सब कुछ मानता है, जो उसकी औलाद, जितनी भी सृष्टि, आदमी, इंसान, पशु, पक्षी, जितने भी लोग हैं, जितने भी जीव जंतु हैं, सारे भगवान की औलाद हैं, तो नेचुरली संत की औलाद हो गए। तो आपके बच्चे जो नशे में धुत रहते हैं, वो जो बर्बाद हो रहे हैं,
आपको दर्द होता होगा, पर हमें भयानक दर्द होता है, हमारे मालिक की औलाद, हमारे अल्लाह वाहिगुरु राम की औलाद बर्बाद हो रही है, राम नाम का नशा छोड़ के गंदगी खा रही है। कब छुड़वाएं उनका नशा, और तब जाके हमें खुशी मिलती है जब हमारे बच्चे नशा छोड़ के जाते हैं। सच्चा नशा राम नाम का दिया जाता है सच्चे सौदे में, और गंदा नशा लिया जाता है यानी शरीर में आपके जमा हुआ वो छूट जाता है तो उससे आपका भला होता है। तो ये है सच्चा सौदा। बहुत इस पे चर्चा कर सकते हैं, साईं जी ने जो नाम दिया छोटी मोटी बात नहीं। यहां पे जीवों पे तरस करना सिखाया जाता है, फिर भी अगर कोई सज्जन बेरहमी कर जाता है, गलत बोल गया, किसी को गाली बक दी, या कोई थोड़ा, चलो गाली वैसे मुंह से निकली एक अलग चीज है, लड़ते हुए गालियां देना वो एक तलवार की तरह लगती है, तलवार का जख्म भरता है लेकिन वो बचनों का नहीं। तो गाली देना या किसी को कठोर शब्दों से बर्बाद करने का सोचना या दूर करने का सोचना राम से, सतगुरु से, मालिक से, वो हमारे हिसाब से सच्चे सौदे को मानता तो है, दिखावा तो करता है, वो गुरु को तो मानता पर गुरु की नहीं मानता। अब 6 करोड़ लोग हैं, कितने कैसे होंगे वो तो राम जी जाने, पर हमें तो यही कहेंगे हमारे सारे बच्चे मानने वाले हैं। कोई नहीं मानता आज उनसे हाथ जोड़ के गुजारिश, जरूर माना करो, दिखावा ना किया करो, ये आपसे गुजारिश प्रार्थना है, माना करो। जरा सी बातें पारा ऊपर ना चढ़ाया करो, तुनक मिजाजी यहां नहीं, यहां तो हाथ जोड़ना श्रद्धा से, यकीन मानिए हाथ जोड़ के बात करके तो देखो मजा ही कुछ अलग आता है। हम तो हमेशा हाथ जोड़ के बात करते हैं भाई, हमारी तो ये आदत बन गई साईं श्याम स्थान शास्त्र नाम के रहमो कर्म से। तो हाथ जोड़ना कोई गुनाह नहीं है, हाथ जोड़ना हमारी संस्कृति का परिचय है, हमारे राम की औलाद का परिचय है। राक्षस कभी हाथ नहीं जोड़ा करते थे, वो तो हाथ चलाया करते, इसको काट उसको काट इसको मार। हाथ जोड़ना हमारी संस्कृति सभ्यता का परिचय है, एटिकेट है, ये अगर सीख लो तो आप, पर नहीं। क्यों, क्या आपकी ईगो में फर्क आता है हाथ जोड़ने से? क्या आपको लगता है कि यार आप झुक गए किसी के सामने? जाने दीजिए, पता नहीं कितनी बार झुकेंगे, किसी को पता नहीं है। जो आप ईगो कह रहे हैं, जो आप लेके चल रहे हैं, पता नहीं कितनों ने कितनी बार आपको झुकाया होगा, वो तो आपने बताना नहीं, बस दिखावे में नहीं। मैं थोड़ा सा, कईयों की अड़ते ही नहीं फिर भी यूं चलते हैं, और हमारे अड़ते हैं फिर भी हम यूं चलते हैं, ये मसल होते नहीं, कहने का मतलब फिर भी यूं चलेंगे जिमें पिंड च कहते पंजाबी च कोड़ किरला चलता है, बुरा ना मन्यो। सो सच्ची बात रहा नहीं जाता, हमने देखा, हमने यार ये बंदे की ये वाली चीज तो है ही नहीं, फिर ये यूं क्यों चल रहा है? मतलब हमारे मसल उससे ज्यादा बड़े हैं, लेकिन हम तो नहीं ऐसे चलते यूं यूं करके, हालांकि अड़ते हैं जब भी हम चलते। ये मसल राम जी ने, सतगुरु ने, क्योंकि खेलते थे, प्लेयर रहे हैं तो नेचुरली ऐसे हैं, किया क्या जाए, अब बॉडी ऐसी है तो है, उसने बना दी तो बना दी, उसके राम जी की कृपा है। सो कहने का मतलब दीनता नम्रता हमारा गहना सारे धर्मों में बताया, और ये सच्चे सौदे में सिखाया जाता है। अरे तेरे धर्म में ये भी लिखा है, इसको मान के तो देख मजा आएगा, हाथ जोड़ के तो देख खुशी आएगी। अंकार में तनने से कुछ मिलने वाला नहीं, तन गया सो गवा गया और झुक गया सो पा गया। ये तो राम के दरबार में, अल्लाह वाहिगुरु गौड़ खुदा रब की दरगाह में ये तो रीत है,
दीनता नम्रता धारण करो। जो काम अहंकार से, जो काम पैसे से, जो काम लड़ने से नहीं बनते, वो सच्चे प्यार से, सच्ची दीनता से कई बार चुटकियों में बन जाया करते हैं। इसलिए दीनता नम्रता धारण करो, कभी किसी का बुरा ना सोचो। हर जीव की अपनी एक कहानी होती है, हर जीव का अपना एक परिवार होता है। हमने देखा है हमारे बच्चे कई तो ऐसे हैं, चलते भी ध्यान रखते हैं पैरों के नीचे चींटी ना आ जाए, और कई जानबूझ के कईयों को एक पल में घुमा देते हैं, मार देते हैं। क्यों भाई? कहते क्या पता काट ना जाए। अरे तुझे काटा तो नहीं? कहते नहीं। तो फिर तूने? कहते पहले एडवांस में ही कर दो। मान लो भिड़ है, परिंड कहते जिन्हों पंजाबी च, आया वो आपके पास घूम रहा है, आपका क्या लेता है भाई? कई तो लेंगे दत्तड़ाक, कहते ये कुछ करे उसे पहले अटैक। वो बेचारा वैसे ही आया था कि अच्छा बंदा भगवान का, ये क्या पता था जूती निकालेगा और तड़ाक धर देगा। तेरा क्या लिया भाई? हो सकता उसका परिवार हो सकता वो खाना लेने आया हो। कभी सोचा है आपका बेटा कहीं गया हो तो उसके साथ ऐसा? तो आप कहते बड़े लोग बेरहम है, आप क्या हैं जी? सोचना चाहिए, विचार करना चाहिए। कई सोचते हैं गुरुजी फसल में ऐसे बीमारियां लग जाती हैं, उनको तो मारना पड़ता है, स्प्रे करनी पड़ती है, मच्छर आ जाते हैं, बीमारियां फैलाते हैं, मारने पड़ते हैं। तो भाई आत्मरक्षा में आ जाती है ये चीजें। अब मच्छर हैं, नहीं मारोगे तो हो सकता है कोई बीमारियां फैला दें, बैक्टीरिया वायरस है वो दवाइयों से मारने पड़ते हैं, ऐसे स्प्रे से आप तो पता नहीं आपने भी उनके साथ या उन्होंने आपको भी पता नहीं इस तरह से तो आत्मरक्षा के लिए कितनी बार मारा होगा। जो कई बार ऐसा देखा हमने, या किसान भाई बैठे हैं शायद उन्होंने भी देखा हो कि एक खेत में बीमारी लगी हुई है, दूसरों दो में खेतों में बीमारी नहीं है। एक खेत में बरसात आ गई और कहते डौड़ के साथ डौड़ छोड़ जाता है भगवान, जब चाहे बटन वाला बट छट जाता है। कई महीनों से है जी बरसात होती है, एक खेत में बरसात होगी और अगले में नहीं, होता है ना जी ऐसा? किसान भाइयों जानते हो ना आप सारे, क्यों हम तो इसमें बहुत ज्यादा आगे तक रहे हैं। तो ये हो गया ना जो आपको बताया कि पता नहीं उन्होंने आपके साथ ऐसा कैसे, ये कर्मों का खेल है, लेना देना है। तो वो आत्मरक्षा एक अलग चीज है, पर ये घूमते जीव, ये जंतु, या अपने स्वाद के लिए मार के खाना, ये कहां लिखा हुआ है? किधर भी तो नहीं। तो ऐसा नहीं करना चाहिए। सच्चे सौदे में सिखाया जाता है दीनता, नम्रता, प्यार, बेगर्ज और राम का नाम जपना। ये सारे धर्मों का जो सार है वो बताया जाता है सच्चा सौदा में। तो सच्चे सौदे की व्याख्या कितनी भी करते जाएं, साईं श्याम मस्तान शास्त्र नाम दाता रहबर ने जिसको बनाया, सजाया, सजा रहे हैं। और सजाने का मतलब ये नहीं है कोई और टारगेट है, एक ही टारगेट है, समाज से सारी बुराइयों का खात्मा हो और राम अल्लाह वाहिगुरु गॉड खुदा रब के नाम की चर्चा हो। बस अपने अपने धर्मों को माने लोग, दिखावा ना करो। कई सज्जन कहते हैं भाई गुरु जी बाबा जी भी कहते होंगे ये नशा छुड़ाया जाए। अरे भाइयों कहां तो धर्म के सज्जनों, आप सारे हमारे साथ आइए, आप सारे मिलके इस नशे रूपी दैत्य को भगाएं, मजा आ जाएगा और बड़ी जल्दी ये भागेगा। आप सबको आह्वान करते हैं हम, हिंदू मुस्लिम सिख ईसाई सारे धर्मों के नुमाइंदों को, कि सारे मिलके चलते हैं, एक बार समाज को तो साफ कर लें, बाकी की बातें बाद में देख लेंगे। एक बार आपा नशा छुड़वाएं, एक बार आपा चुगली निंदा छुड़वाएं, एक बार आपा मांसाहार छुड़वाएं, जो बुरा है, जो धर्मों में कहीं जिक्र नहीं, सारे मिलके चलिए। तो हम सारे धर्मों का बेहद सत्कार करते हैं और धर्मों को मानने वालों को हाथ जोड़ के प्रार्थना कर रहे हैं। और कुछ हुक्म देने वाले हम होते कौन है? हुक्म दे रहे हैं हमारे धर्म,
हुक्म दे रहे हैं हमारे गुरु पीर पैगंबर। कई जगहों पे तो उनके पालतू जीव जंतुओं ने नशे की तरफ मुंह नहीं किया था, निकले नहीं थे, जानकार समझ गए होंगे। उन महापुरुष गुरु साहबानों के जो भी भक्त हैं, संत पीर पैगंबरों के जो भी भक्त हैं, हम हाथ जोड़ के प्रार्थना करते हैं कि चलिए उठिए, आप सब मिलके इस नशे रूपी दैत्य को भगा दें, ताकि अपना समाज स्वस्थ हो जाए, अपना धर्म पवित्र हो जाए, और हर कोई धर्म के गीत गाए, ना कि घर घर नशे की चर्चा हो, घर घर राम नाम की चर्चा हो, घर घर अल्लाह वाहेगुरु गॉड की चर्चा हो। चलिए जागिए सारे। तो हमारा काम प्रार्थना करना है, ना कि किसी को हुक्म। हुक्म तो हम उस परमपिता परमात्मा का मानते हैं, सतगुरु शास्त्र नाम शाह मस्तान दाता का, जैसे वो चला रहे हैं आपके लिए, सबके लिए, चाहे वो छोटा हो कोई, चाहे बड़ा हो, सबसे हाथ जोड़ के प्रार्थना कि आप इस राक्षस को जो दैत्य है नशे के रूप में पूरे समाज में फैलता जा रहा है, हमारी जवानियों को, हमारे बच्चों को, छोटे छोटे जो नन्हे नन्हे बचपन है उनको खत्म करता जा रहा है, तो चलिए उठिए, जागिए और इसको रोकिए। यही आपसे प्रार्थना है और साई जी का यही सच्चा सौदा है। यहाँ पे दया करके क्षमा करना ये सिखाया जाता है। यहाँ कभी किसी को किसी का बुरा करने की प्रेरणा तो दूर, कल्पना करना भी नहीं सिखाया जाता। ये है साई शास्त्र नाम श्याम मस्तान जी का सच्चा सौदा। धन धन सतगुरु तेरा ही आसरा। सतगुरु की प्यारी साध संग जी, हजूर महाराजा के बचना के मुताबिक सारी साध संगत 163 कम मानता भलाई दे कर रही है। उन्हां कम्मां विच्चों एक शयाना मुहिम दे तहत अज स्क्रीन ते एक डाकूमेंटरी दिखाई जा रही है, तो स्क्रीना ते आपां डाकूमेंटरी देखनी है जी। धन धन सतगुरु तेरा ही आसरा जी। सीख जीने की कला। जीवन को महकाना चाहिए, आदमी को आदमी के काम आना चाहिए। रोटी कपड़ा और मकान, बस यही है एक आम आदमी का अरमान। हर इंसान का सपना होता है कि उसका अपना घर हो, जिसे वो अपने तरीके से सजाए संवारे और अपने परिवार के साथ अपनी खुशियों को साझा करे। लेकिन भारत में ये सपना पूरा होता नजर नहीं आ रहा। उत्तर भारत में पड़ने वाली कड़ाके की ठंड में हर साल अनेकों लोग खुले आसमान के नीचे कपकपाती ठंड के कारण इस दुनिया को अलविदा कह जाते हैं। एक सर्वे के अनुसार भारत में लगभग 17 लाख लोग आज भी फुटपाथ पर, सड़क के किनारे, रेलवे प्लेटफॉर्म, मंदिरों के बाहर, पाइप में, झुग्गी झोपड़ियों और खुले आसमान के नीचे जिंदगी गुजारने को मजबूर है। इसके अलावा कुछ ऐसे लोग भी हैं जो कड़ी मेहनत करके भी अपने परिवार के लिए दो वक्त की रोटी तक नहीं जुटा पाते। उनके लिए अपना घर बनाना तो एक सपने जैसा ही है। दिव्यांग अर्जुन सिंह का परिवार
और बैसाखी के सहारे चल रहे दिव्यांग गोपी सिंह और उसकी पत्नी भी उन्हीं में से एक है। गर्मी में आग बरसाती ये गर्म हवाएं और बरसात के दिनों में छत से टप टप गिरते पानी में रात कैसे गुजरती है ये सोचकर ही रूह सिहर जाती है। शाह सतनाम जी ग्रीनेस वेलफेयर फोर्स विंग के सदस्यों को जैसे ही दिव्यांग गोपी सिंह और अर्जुन सिंह के घर के हालात के बारे में पता चला कि किसी गरीब को आशियाना बनाकर देना है, तो अपने गुरु की शिक्षा पर चलते हुए सैकड़ों की तादाद में ये सेवादार घर निर्माण के लिए जरूरी सामान ईंट रेत सीमेंट सरिया आदि लेकर चल पड़े किसी दुखी चेहरे पर मुस्कुराहट लाने के लिए। और देखते ही देखते मात्र एक दिन में इन सेवादारों ने दिव्यांग अर्जुन सिंह और गोपी सिंह के सपने को हकीकत में बदल दिया। आज मैं बहुत खुश हूँ, मेरा अपना घर बन रहा है। अपनी आंखों के सामने अपने सपनों का घर बनता देख अर्जुन सिंह आज संत डॉक्टर गुरमीत राम रहीम सिंह जी इंसान व उनके सेवादारों का कोटि कोटि धन्यवाद कर रहा था। आज के दौर में किसी के पास इतना टाइम नहीं है कि जो वो किसी के लिए टाइम निकाल सके, और ये आज हमारे लिए सब भाइयों बहनों ने माताओं ने जो टाइम निकाल कर आए हैं हमारे लिए और हमें हमारा सपनों का महल बनाकर दिया है, इसके लिए इनका तहे दिल से मैं शुक्राना करता हूँ। संत गुरमीत राम रहीम सिंह जी इंसा का मैं कोटि कोटि धन्यवाद कर रहा हूँ। और इधर उम्मीद से परे ये सब देखकर गोपी सिंह व उसकी पत्नी बहुत हैरान थे। शुक्रिया से बड़ा उनके पास कोई और शब्द नहीं था। पहली गल तां जी डेरा प्रेमियों का बहुत बहुत धन्यवाद करदे हां जिन्होंने साडी मदद कीती, साडी इह हालत नूं समझदे होए अज साडा मकान बना के दित्ता गया है, ते इन्हां दा बहुत बहुत धन्यवाद ही कर सकदे हां जी असीं। दिव्यांग अर्जुन और गोपी सिंह की तरह ही हजारों अति जरूरतमंद परिवार भी अपने घर का सपना देख रहे थे जिसे पूरा करने में वो असमर्थ थे। ऐसे परिवारों के सपनों को डेरा सच्चा सौदा की शाह सतनाम जी ग्रीनेस वेलफेयर फोर्स विंग ने हकीकत में बदलकर उनके चेहरों पर मुस्कुराहट ला दी। ना खून का रिश्ता, ना कोई जात धर्म का रिश्ता, ना दूर का रिश्ता और ना ही पास का रिश्ता, ये तो बस इंसानियत का रिश्ता है। और आज समाज को इस इंसानियत के रिश्ते की बेहद जरूरत है। किसी को भी दुख दर्द तकलीफ में तड़फता देख के उसके दुख दर्द में शामिल होना और उसके दुख दर्द को दूर करने की कोशिश करना, इसी का नाम इंसानियत है। नौजवान युवक युवतियों, पुरुष महिलाओं व बुजुर्गों में गुरु की प्रेरणा से सेवा का ऐसा जज्बा देख गांव के लोग भी हैरान थे कि ये लोग रातों रात घर का निर्माण कर देते हैं जो कि अपने आप में एक अजूबा है।
देखिए सर, मैंने अपने जीवन में पहले कभी इस तरह का मतलब वो देखा नहीं है कि देखिए कल यहाँ जहाँ एक उजाड़ सा एरिया दिख रहा था जहाँ झाड़ बोझे खड़े थे और आज यहाँ एक बिल्डिंग खड़ी की जा रही है और वो ही अचानक से गरीब आदमी के लिए, तो मैंने ऐसा अपने जीवन में कभी नहीं देखा। मैंने सुना जरूर था भी डेरा सच्चा सौदा के लोग जो वो है सेवादार है वो इस तरह से रातों रात अपनी बिल्डिंग तैयार करवा देते हैं, किसी गरीब की मदद कर देते हैं, पर आज मैं अपनी आंखों से यहाँ देख रहा हूँ गाँव पोड़का में ये मेरे पीछे लगे हुए इतने सेवादार भाई लगे हुए, तो मैंने मुझे देख के ये बहुत आश्चर्य हुआ भी वास्तव में इधर धरातल पे ये लोग काम करते हैं, जो इनकी प्रशंसा जितनी की जाए ये कम है। पूजनीय गुरु संत डॉक्टर गुरमीत राम रहीम सिंह जी इंसा अपने शिष्यों को प्रेरित करने के लिए पहले स्वयं मानवता भलाई के कार्यों को करते हैं और सभी के लिए प्रेरणा स्रोत बनते हैं। आशियाना मुहिम के तहत पूज्य गुरुजी ने देश के स्वतंत्रता सेनानी को मकान बनवा कर दिया, जिसका सारा खर्चा गुरुजी ने अपने पैतृक घर से आने वाली कमाई से किया। कि वो स्वतंत्रता सेनानी हैं, बर्तन मांजा करते थे, उनको हम अपनी तरफ से जो गुरुसर मोड़िया से आता है उसकी तरफ से घर बना के दे रहे हैं जी। एक दिन में सालों की उम्मीदों को पूरा करना किसी अजूबे से कम नहीं। ऐसा लगता है कि रात के ख्वाब को किसी ने सुबह होते होते हकीकत में बदल दिया हो। पूजनीय गुरुजी से प्रेरित होकर साध संगत ने 1990 से लेकर 2022 तक हरियाणा, पंजाब, राजस्थान, यूपी, उत्तराखंड, दिल्ली, हिमाचल प्रदेश, बिहार, गुजरात, मध्य प्रदेश के अलावा नेपाल में आशियाना मुहिम के तहत लगभग 2100 से ज्यादा परिवारों को घर बनाकर दिए हैं और ये सिलसिला आज भी यूं ही बरकरार है। जिसमें तकरीबन 22 करोड़ से भी ज्यादा का खर्चा आ चुका है। किसी को पूरा घर बना के देना, लोग अपने शरीर का बाल तक दान नहीं कर पाते, और ये धन्य साध संगत जो दूसरों के घर बना बना के दे रहे हैं, और धन्य होते हैं वो सेवादार जो मानवता की सेवा में आगे आ रहे हैं। संत डॉक्टर गुरमीत राम रहीम सिंह जी इंसा ने इंसानियत का ऐसा बीज इन लोगों में डाला है जो आज पेड़ बन फल फूल रहा है और सारे वातावरण को, सारे समाज को अपनी खुशबू से महका रहा है। ऐसे गुरुजी को हम अरबों खरबों बार नमन करते हैं, जिनकी प्रेरणा से आज की ये युवा पीढ़ी, बच्चे, बुजुर्ग, महिलाएं व पुरुष और आने वाली इनकी पीढ़ियां इंसानियत की प्रहरी बनकर एकजुट होकर इंसानियत की रक्षा करेंगी। हमारी यही दुआ है कि ये लोग इसी तरह इंसानियत के कार्यों में बुलंदियों को छुएं और सद्भाव व भाईचारे के समाज का निर्माण करें। धन धन सद्गुरु, तेरा ही आसरा। धन धन सतगुरु, तेरा ही आसरा। सतगुरु दी प्यारी साध संग जी, हुण असीं हजूर महाराज जी दे लिखे हुए भजन पिता जी ने आपे ही बनाया, आपे ही गाया और आपे ही बजवाया,
ਉਹ ਸ਼ਬਦ ਜਾਗੋ ਦੁਨੀਆ ਦੇ ਲੋਕੋ ਨਸ਼ਾ ਜੜ ਤੋਂ ਪੁੱਟਣਾ ਤਾਂ ਉਹ ਅਸੀਂ ਸਾਰੇ ਹੁਣ ਦੇਖਾਂਗੇ। ਜਾਗੋ ਦੁਨੀਆ ਦੇ ਲੋਕੋ, ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਪੰਚੋਠੀ ਕਰੀ ਪੈਰਾ ਲਾ ਦਿਓ, ਨਸ਼ੇ ਦੀ ਨੋ ਐਂਟਰੀ ਕਰਾ ਦਿਓ, ਪਿੰਡਾਂ ਵਿੱਚ ਠਿਕਰੀ ਪੈਰਾ ਲਾ ਦਿਓ, ਨਸ਼ੇ ਦੇ ਵਪਾਰੀਆਂ ਨੂੰ ਪਜਾ ਦਿਓ।
ਨਸ਼ਾ ਪਰ ਹੋਰ ਕਰ ਕਰ ਨਸ਼ੇ ਦੀ ਚਰਚਾ ਮੀਤ ਕਰ ਟਿੱਕਿਆਂ ਨੂੰ ਟਾ ਦਿਓ ਉੱਥੇ ਗੁਰੂ ਪੀਰਾਂ ਦਾ ਸਰੂਪ ਲਾ ਦਿਓ ਸ਼ਹਿਰ ਗਾਓਂ ਕੇ ਰਾਜਾ ਸੋ ਥੰਮੇਰ ਸਰਪੰਚੋ ਆਪਣੇ ਸ਼ਹਿਰ ਗਾਓਂ ਕੇ ਮਰਦੇ ਨਸ਼ੇ ਤੇ ਬਾਲਕ ਬਚਾ ਕੇ ਆਸ਼ੀਰਵਾਦ ਲੈ ਲੂ ਮਾਓਂ ਕੇ ਮਰਦੇ ਨਸ਼ੇ ਤੇ ਬਾਲਕ ਬਚਾ ਕੇ ਆਸ਼ੀਰਵਾਦ ਲੈ ਲੂ ਮਾਓਂ ਕੇ ਹਰ ਸ਼ਹਿਰ ਗਾਉ ਸਭ ਕਾ ਜੀਵਨ ਖਤਮ ਕਰ ਰਿਹਾ ਨਸ਼ੇ ਕਾ ਗੰਦਾ ਚਲੇ ਜੋ ਸਾਂਗ ਨਸ਼ੇ ਤੇ ਮਰ ਰਹੇ ਚੋਰਾ ਚੋਰੀ ਅੱਜ ਨੁਕੜ ਹਰ ਸ਼ਹਿਰ ਗਾਉ ਸਭ ਕਾ ਜੀਵਨ ਖਤਮ ਕਰ ਰਿਹਾ ਨਸ਼ੇ ਕਾ ਗੰਦਾ ਚਲੇ ਜੋ ਸਾਂਗ
राजा सो थम मेर सरपंचो अपने शहर गांवों के पर तन शैत बालक बचा के आशीर्वाद ले लू माओं के तीन शैत बालक बचा के आशीर्वाद ले लू माओं के किसी धर्म अरम जब मैं जिक्र करे ना नशिया का बताओ सोचो धर्म के सै बंद नशे मैं फसिया का किसी धर्म अरम जब मैं जिक्र करे ना नशिया का बताओ सोचो धर्म के सै बंद नशे मैं फसिया का राजा सो थम मेर सरपंचो अपने शहर गांवों के मरते नशेत बालक बचा के आशीर्वाद ले लू माओं के मरते नशेत बालक बचा के आशीर्वाद ले लू माओं के लाज रख लियो किंड के कीतम ठुक लगा दियो पैरों रे नशा बिचण आले के पाछे पड़ जो छोड़ो न खेड़ो रे लाज रख लियो किंड के की थम ठोक लगा दियो पैरो रे नशा बिचण आले के पाछे पड़ जो छोड़ो न खेड़ो रे राजा सो थम मेर सरपंचो अपने शहर गांवों के मरते नशेत बालक बचा के आशीर्वाद ले लू माओं के मरते नशेत बालक बचा के आशीर्वाद ले लू माओं के नशा जो बेचे अपनी दुकान नशा तो पल मैर छूट जागा उन्हें दिला दियो राम को ना मित कवे जुर्माना लगा दियो नशा जो बेचे अपनी दुकान नशा तो पल मैर छूट जावेगा उन्हें दिला देना राम को ना राजा सो तुम राजा सो थम मेर सरपंचो अपने शहर गांवों के मरते नशेत बालक बचा के आशीर्वाद ले लू माओं के मरते नशेत बालक बचा के आशीर्वाद ले लू माओं के मरते नशेत बालक बचा के आशीर्वाद ले लू माओं के ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀ ਪੂਜਨੀਕ ਹਜ਼ੂਰ ਪਿਤਾਈ ਦੀ ਪਾਰ ਰਹਿਮਤ ਸਦਕਾ ਜੋ ਸਮੂਹ ਸਾਧ ਸੰਗਤ ਵੱਲੋਂ 163 ਮਾਨਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉਸ ਲੜੀ ਦੇ ਤਹਿਤ ਅੱਜ ਪੰਜਾਬ ਵੱਲੋਂ 76ਵੇਂ ਸਥਾਪਨਾ ਦਿਵਸ ਦੇ ਸ਼ੁਭ ਭੰਡਾਰੇ ਦੀ ਖੁਸ਼ੀ ਦੇ ਵਿੱਚ ਕਲੌਥ ਬੈਂਕ ਵਿੱਚੋਂ
76 ਜ਼ਰੂਰਤਮੰਦ ਬੱਚਿਆਂ ਨੂੰ ਗਰਮੀਆਂ ਦੇ ਕੱਪੜੇ ਵੰਡੇ ਜਾ ਰਹੇ ਹਨ ਜੀ। ਦੋ ਦਨ ਸਤਿਗੁਰੂ ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਤਾਂ ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀ, ਸਾਰੀ ਸਾਧ ਸੰਗਤ ਨੇ ਰਲ ਕੇ ਸਾਰਿਆਂ ਨੇ ਆਪਾਂ ਅਰਦਾਸ ਬੋਲਣੀ ਹੈ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਅਰਦਾਸ, ਹੇ ਪਰਮ ਪਿਤਾ ਸਤਿਗੁਰ ਪਰਮਾਤਮਾ, ਆਪ ਜੀ ਸਾਡੇ ਗੁਰੂ, ਐਮਐਸ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਨੂੰ ਜਲਦੀ ਤੋਂ ਜਲਦੀ ਪਰਮਾਨੈਂਟ ਸਾਡੇ ਵਿਚਕਾਰ ਲੈ ਆਓ ਜੀ। ਹੇ ਐਮਐਸ ਜੀ ਗੁਰੂ ਜੀ, ਆਪ ਜੀ ਪਰਮਾਨੈਂਟ ਸਾਡੇ ਸਾਹਮਣੇ ਪਧਾਰੋ ਜੀ। ਅਸੀਂ ਸਾਰੀ ਸਾਧ ਸੰਗਤ ਆਪ ਜੀ ਨਾਲ ਨਾਰਾ ਲਾ ਕੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਇਹ ਵਾਅਦਾ ਕਰਦੇ ਹਾਂ ਕਿ ਆਪ ਜੀ ਦੇ ਹਰ ਸਾਧ ਸੰਗਤ ਨਸ਼ਾ ਅਤੇ ਬੁਰਾਈਆਂ ਤੋਂ ਛਡਾਉਣ ਲਈ ਅਤੇ ਮਾਲਕ ਦੀ ਭਗਤੀ ਨਾਲ ਜੋੜਨ ਲਈ ਇੱਕ ਇੱਕ ਪ੍ਰੇਮੀ 15 ਤੋਂ 25 ਨਵੇਂ ਲੋਕਾਂ ਨੂੰ ਲੈ ਕੇ ਆਵਾਂਗੇ ਜੀ। ਆਪ ਜੀ ਜੋ ਵੀ ਵਚਨ ਸਾਡੇ ਸਾਹਮਣੇ ਪ੍ਰਤੱਖ ਕਰੋਗੇ ਅਸੀਂ ਉਹਨਾਂ ਨੂੰ ਹੀ 100% ਮੰਨਾਂਗੇ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਤਾਂ ਸਤਿਗੁਰੂ ਦੀ ਪਿਆਰੀ ਸਾਧ ਸੰਗ ਜੀ, ਹੁਣ ਸਾਰਿਆਂ ਨੇ ਸਿਮਰਨ ਕਰਨਾ ਹੈ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ।
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ, ਸਾਰੀ ਸਾਧ ਸੰਗਤ ਨੇ ਪ੍ਰਸ਼ਾਦ ਲੰਗਰ ਭੋਜਨ ਬੈਠ ਕੇ ਇੱਥੇ ਹੀ ਲੈਣਾ ਹੈ ਜੀ, ਤਾਂ ਜੋ ਅੱਜ ਖੁਸ਼ੀ ਦਾ ਦਿਹਾੜਾ ਰੂਹਾਨੀ ਸਥਾਪਨਾ ਦਿਵਸ ਭੰਡਾਰਾ ਦੀ ਕਾਰਵਾਈ ਉਹ ਸਮਾਂ ਪੂਰਾ ਹੋ ਚੁੱਕਾ ਹੈ, ਤਾਂ ਹੁਣ ਸਾਰੀ ਸਾਧ ਸੰਗਤ ਗੱਜ ਵੱਜ ਕੇ ਸਮਾਪਤੀ ਦਾ ਨਾਰਾ ਲਾਵਾਂਗੇ ਜੀ। ਦੋ ਦਨ ਸਤਿਗੁਰੂ ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਤਾਂ ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ, ਸਾਰੀ ਸਾਧ ਸੰਗਤ ਨੇ ਬੈਠੇ ਬੈਠੇ ਪ੍ਰੇਮ ਨਾਲ ਪ੍ਰਸ਼ਾਦ ਲੈਣਾ ਹੈ, ਲੰਗਰ ਪਾਣੀ ਲੈਣਾ ਹੈ, ਤਾਂ ਇੱਕ ਬੇਨਤੀ